ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 22 ਜੁਲਾਈ ਹੈ ਦਿਨ ਸ਼ਨੀਚਰਵਾਰ ਹੈ ਨਾਨਕਸ਼ਹੀ ਸੰਮਤ 555 ਦੇ ਮੁਤਾਬਿਕ ਅੱਜ 7 ਸੌਣ ਹੋ ਗਿਆ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਦਿੰਨੇ ਹਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਅੱਜ ਕੱਲ ਤੇ ਪਰਸੋਂ ਵੱਖ-ਵੱਖ ਥਾਵਾਂ ਤੇ ਦਰਮਿਆਨਾ ਤੇ ਭਾਰੀ ਮੀਂਹ ਪਵੇਗਾ ਭਵਿੱਖਬਾਣੀ ਦੇ ਮੁਤਾਬਿਕ ਤੜਕੇ-ਤੜਕੇ ਚੰਡੀਗੜ੍ਹ ਦੇ ਵਿੱਚ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਲੋਕ ਬਦਲਵਾਈ ਪੂਰੀ ਦੇਖ ਰਹੇ ਨੇ ਕਿਤੇ-ਕਿਤੇ ਹਲਕਾ ਮੀਂਹ ਪਿਆ ਹੈ ਕਣੀਆਂ ਡਿੱਗੀਆਂ ਨਹੀਂ ਪਰ ਜ਼ੋਰਦਾਰ ਮੀਂਹ ਦੀ ਕਿਤੋਂ ਵੀ ਹਾਲੇ ਤੱਕ ਖਬਰ ਨਹੀਂ ਮਿਲੀ ਹੈ ਅੱਜ ਮਾਝਾ ਦੁਆਬਾ ਦੇ ਜ਼ਿਆਦਾਤਰ ਇਲਾਕਿਆਂ ਤੇ ਪੱਛਮੀ ਮਾਲਵਾ ਦੇ ਕੁਝ ਖੇਸਿਆਂ ਦੇ ਵਿੱਚ ਭਾਰੀ ਮੀਂਹ ਪੈਂਦਾ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਕੱਲ ਨੂੰ ਫਿਰ ਸੂਬੇ ਦੇ ਮਾਝਾ ਦੋਆਬਾ ਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਤੇ ਪੱਛਮੀ ਮਾਲਵੇ ਦੇ ਕੁਝ ਕੁ ਹਿੱਸੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ 24 ਨੂੰ ਮਾਝਾ ਦੋਆਬਾ ਤੇ ਪੂਰਬੀ ਮਾਲਵਾ ਦੇ ਕੁਝਕ ਤੇ ਪੱਛਮੀ ਮਾਲਵੇ ਦੇ ਵਿੱਚ ਵੀ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਪਹਿਲਾਂ ਡੇਡ ਹਫਤਾ ਹੋ ਗਿਆ ਜਦੋਂ ਭਾਰੀ ਮੀਂਹ ਪਿਆ ਸੀ ਉਸ ਮੀਂਹ ਦਾ ਕਹਿਰ ਹੈ ਜਿਹੜਾ ਹਾਲੇ ਤੱਕ ਨਹੀਂ ਮੁੱਕਿਆ ਕਿਉਂਕਿ ਕਗਰ ਦਾ ਪਾਣੀ ਮਾਨਸਾ ਇਲਾਕੇ ਦੇ ਵਿੱਚ ਲਗਾਤਾਰ ਮਾਰ ਕਰ ਰਿਹਾ ਹੈ ਪਾਣੀ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਹੈ ਕਗਰ ਦੀ ਮਾਰ ਹੇਠ ਆਏ ਇੱਥੋਂ ਦੇ 15 ਪਿੰਡਾਂ ਦੀਆਂ ਸੜਕਾਂ ਰੁੜ ਗਈਆਂ ਨੇ ਹੜਾ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਸਿਰਫ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਹਰਿਆਣਾ ਦੇ ਚਾਂਦਪੁਰਾ ਤੋਂ ਲੈ ਕੇ ਪੰਜਾਬ ਦੇ ਸਰਦੂਲਗੜ ਤੱਕ ਕੱਗਰ ਦਰਿਆ ਦੇ 60 ਤੋਂ 70 ਕਿਲੋਮੀਟਰ ਦੇ ਇਲਾਕੇ ਵਿੱਚ ਇੱਕ ਦਰਜਨ ਤੋਂ ਵੱਧ ਪਾੜ ਪੈ ਚੁੱਕੇ ਨੇ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁੱਢਲਾਡਾ ਸਰਦੂਲਗੜ ਅਤੇ ਹਰਿਆਣਾ ਦੇ ਰਤੀਆ ਦੇ ਦਰਜਨਾ ਪਿੰਡਾਂ ਦੇ ਸਾਰੇ ਸੜਕੀ ਸੰਪਰਕ ਟੁੱਟ ਚੁੱਕੇ ਨੇ। ਬੁਲਾਡਾ ਹਲਕੇ ਦੇ ਪਿੰਡ ਵੀਰੇਵਾਲਾ ਡੋਗਰਾ ਰਿਉਂਦ ਕਲਾਂ ਰਿਉਂਦ ਖੁਰਦ ਕੁਲਰੀਆਂ ਗੋਰਖਨਾਥ ਮੰਡੇਰ ਅਤੇ ਫਿਰ ਹਰਿਆਣਾ ਦੇ ਪਿੰਡ ਬੱਬਨਪੁਰ ਬਾਦਲਗੜ ਚਾਂਦਪੁਰਾ ਬਾਂਮਣਵਾਲਾ ਲੁਠੇਰਾ ਨੰਗਲ ਸਰਦਾਰੀ ਵਾਲਾ ਤੇ ਰੋਜ਼ਾਵਾਲੀ ਦੇ ਵਿੱਚ ਫਸਲਾਂ ਦਾ 100% ਨੁਕਸਾਨ ਹੋ ਚੁੱਕਿਆ ਜਿਹੜੇ ਪਿੰਡ ਧਰਾਤਲ ਤੋਂ ਜ਼ਿਆਦਾ ਨੀਵੇਂ ਨੇ ਉਹਨਾਂ ਦੇ ਵਿੱਚ 6-6 ਫੁੱਟ ਤੱਕ ਪਾਣੀ ਜਮਾ ਹੋ ਗਿਆ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਮੱਛਰ ਸਿਹਤ ਸੂਲਤਾਂ ਤੇ ਪਸ਼ੂਆਂ ਦੇ ਲਈ ਹਰੇ-ਚਾਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕੇ ਦੇ ਲੋਕਾਂ ਮੁਤਾਬਕ ਜੇ ਪਾੜ ਛੇਤੀ ਨਾ ਪੂਰੇ ਗਏ ਤਾਂ ਦਰਿਆ ਆਪਣਾ ਰਾਹ ਬਦਲ ਲੂਗਾ ਵੱਡੀ ਗਿਣਤੀ ਪਿੰਡ ਤੇ ਵਾਹੀਯੋਗ ਜ਼ਮੀਨ ਇਸਤੇਮਾਰ ਹੇਠ ਆਏ ਜਾਏਗੀ ਜੇ ਮਾਨਸਾ ਪ੍ਰਸ਼ਾਸਨ ਨੇ ਪਹਿਲਾਂ ਵਾਂਗ ਹੀ ਅਣਗਹਿਲੀ ਜਾਰੀ ਰੱਖੀ ਤਾਂ ਹੋਰ ਪਿੰਡਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ਜ਼ਾਹਿਰ ਤੌਰ ਤੇ ਸਰਕਾਰ ਨੂੰ ਪਾਣੀ ਬਾਹਰ ਕੱਢਣ ਦੇ ਲਈ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਗਰਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਨੀਵਾ ਨਹੀਂ ਹੋ ਰਿਹਾ ਇਸ ਕਰਕੇ ਇਲਾਕਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਉਧਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਤੇ ਹੋਰ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਇੱਥੇ ਹੜ੍ਹ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਰਤਾਰਪੁਰ ਲਾਂਘੇ ਨੇੜੇ ਤੁਸੀਂ ਬੰਨ ਤੇ ਪਾਣੀ ਦਾ ਪੱਧਰ ਘਟਣ ਦਾ ਹਾਲਾਂਕਿ ਦਾਵਾ ਕੀਤਾ ਗਿਆ ਤੇ ਕਰਤਾਰਪੁਰ ਲਾਂਘਾ ਜਿਹੜਾ ਕਿ ਅੱਜ ਤੱਕ ਲਈ ਬੰਦ ਰੱਖਿਆ ਗਿਆ ਹੈ ਉਸ ਦੇ ਕੱਲ ਮੋੜ ਖੁੱਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਦੀ ਜਾਣਕਾਰੀ ਦੇ ਮੁਤਾਬਿਕ ਹੁਣ ਤੱਕ ਸੂਬੇ ਦੇ ਹੜ੍ਹਾਂ ਤੋਂ ਪ੍ਰਭਾਵਿਤ 26800 ਲੋਕਾਂ ਨੂੰ ਸਰਕਾਰੀ ਏਜੰਸੀਆਂ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਹੈ 21 ਜੁਲਾਈ ਨੂੰ ਸਵੇਰੇ 8 ਵਜੇ ਤੱਕ 1441 ਪਿੰਡ ਹੜ ਨਾਲ ਪ੍ਰਭਾਵਿਤ ਹੋਏ ਨੇ 155 ਰਾਹਤ ਕੈਂਪ ਵੀ ਸੂਬੇ ਦੇ ਵਿੱਚ ਚੱਲ ਰਹੇ ਨੇ 4560 ਲੋਕਾਂ ਦਾ ਇਤਿਆਰ ਜੀ ਵਸੇਬਾ ਕੀਤਾ ਗਿਆ ਇਸ ਵਕਤ ਤਰਨਤਾਰਨ ਫਿਰੋਜ਼ਪੁਰ ਫਤਿਹਗੜ੍ਹ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਰੂਪਨਗਰ ਕਪੂਰਥਲਾ ਪਟਿਆਲਾ ਮੋਗਾ ਲੁਧਿਆਣਾ ਐਸਐਸ ਨਗਰ ਮੁਹਾਲੀ ਫਾਜ਼ਿਲਕਾ ਗੁਰਦਾਸਪੁਰ ਮਾਨਸਬ ਟਿੰਡਾ ਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਤੇ ਹੁਣ ਤੱਕ ਕੁੱਲ 40 ਲੋਕਾਂ ਦੀ ਜਾਨ ਜਾ ਚੁੱਕੀ ਹੈ ਪੰਜਾਬ ਸਰਕਾਰ ਤੇ ਸੂਬਾ ਪ੍ਰਸ਼ਾਸਨ ਭਾਵੇਂ ਮੌਕੇ ਤੇ ਜਾ ਕੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਫੇਲ ਸਾਬਿਤ ਹੋ ਰਹੇ ਨੇ ਪਰ ਰਾਸ਼ੀਏ ਜਿਹੜੀ ਪੀੜਤਾਂ ਨੂੰ ਉਹ ਮਿਲਨੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਹੜਤ ਦੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁੱਲ 40 ਦੇ ਵਿੱਚੋਂ 10 ਜਾਨਾਂ ਹੜ੍ਹਾਂ ਦੇ ਨਾਲ ਚਲੀਆਂ ਗਈਆਂ ਨੇ ਤੇ ਕੱਲ ਪਟਿਆਲਾ ਸ਼ਹਿਰ ਦੇ ਫੌਤ ਹੋਣ ਵਾਲੇ ਦੋਵੇਂ ਜੀਆ ਦੇ ਪਰਿਵਾਰਾਂ ਨੂੰ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਸਰਕਟ ਹਾਊਸ ਦੇ ਵਿੱਚ 4-4 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੇ ਮੁਤਾਬਿਕ ਪੰਜਾਬ ਦੇ ਕਈ ਵਿਧਾਇਕ ਅਤੇ ਮੰਤਰੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਦੌਰੇ ਜ਼ਰੂਰ ਕਰ ਰਹੇ ਨੇ ਲੋਕਾਂ ਦੀ ਮਦਦ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਇਸ ਦਰਮਿਆਨ ਸਭ ਤੋਂ ਵੱਧ ਮਦਦ ਜੇ ਕੋਈ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਤਾਂ ਉਹਨੇ ਸਮਾਜ ਸੇਵੀ ਸੰਸਥਾਾਂਾਂ ਵਿੱਚ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿੱਖ ਜਥੇਬੰਦੀਆਂ ਨੇ ਤੇ ਉਸ ਤੋਂ ਵੀ ਵੱਧ ਲੋਕ ਆਪਣੇ ਆਪ ਦੀ ਖੁਦ ਮਦਦ ਕਰ ਰਹੇ ਨੇ ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨਾਂ ਹੀ ਜਦੋਂ ਲੋਕ ਆਪਣੇ ਆਲੇ ਦੁਆਲੇ ਦੇ ਵਿੱਚ ਲੋੜਵੰਦਾਂ ਨੂੰ ਦੇਖਦੇ ਨੇ ਤਾਂ ਮਦਦ ਦੇ ਲਈ ਤੁਰ ਪੈਂਦੇ ਨੇ ਕੋਈ ਭੋਜਨ ਲੈ ਕੇ ਜਾ ਰਿਹਾ ਹੈ ਕੋਈ ਦਵਾਈਆਂ ਵੰਡ ਰਿਹਾ ਹੈ ਕੋਈ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕਰ ਰਿਹਾ ਹੈ ਕੋਈ ਕਿਸ਼ਤੀਆਂ ਲੈ ਕੇ ਹੜਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਵਿੱਚ ਜੁਟਿਆ ਹੋਇਆ ਤੇ ਇਹਨਾਂ ਸਾਰੇ ਲੋਕਾਂ ਦੀ ਸੇਵਾ ਨੂੰ ਅਸੀਂ ਸਲਾਮ ਪੇਜਦੇ ਹਾਂ ਪੰਜਾਬ ਸਰਕਾਰ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਹੜਪੀਟਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਦਾਨ ਵੀ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਸਿੱਧ ਲੈਂਦਿਆ ਹੋਇਆ ਪਲਾਂਟ ਡਾਕਟਰ ਸਰਵਿਸਸ ਐਸੋਸੀਏਸ਼ਨ ਪੰਜਾਬ ਯਾਨਕਿ ਪੀਡੀਐਸ ਨੇ ਵੀ ਆਪਣੀ ਇੱਕ ਦਿਨ ਦੀ ਤਨਖਾਹ ਜਿਹੜੀ ਕੁੱਲ 10 ਲੱਖ ਰੁਪਏ ਬਣਦੀ ਹੈ ਉਹ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਲਿਆ ਹੈ। ਹੜਾਂ ਦੀ ਸਥਿਤੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 15 ਜੁਲਾਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਗਿਆ ਸੀ ਤੇ ਇਹ ਪ੍ਰੀਖਿਆਵਾਂ ਹੁਣ 24 ਜੁਲਾਈ ਤੋਂ 1 ਅਗਸਤ ਤੱਕ ਹੋਣਗੀਆਂ ਯਾਨੀ ਕਿ ਪਰਸੋਂ ਤੋਂ ਇਹ ਪੇਪਰ ਸ਼ੁਰੂ ਹੋਣਗੇ ਜਿਹੜੇ ਮੁਲਤਵੀ ਕੀਤੇ ਗਏ ਸੀ ਤੇ ਵਧੇਰੇ ਜਾਣਕਾਰੀ ਦੇ ਲਈ ਵਿਦਿਆਰਥੀ ਵੈੱਬਸਾਈਟ ਤੇ ਸੰਪਰਕ ਕਰ ਸਕਦੇ ਨੇ ਜਿਹੜੀ ਬੋਰਡ ਦੀ ਵੈੱਬਸਾਈਟ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉਸ ਤੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਫਿਰ ਆਮੋ-ਸਾਮਣੇ ਦਿਖਾਈ ਦੇ ਰਹੇ ਨੇ ਦਰਅਸਲ ਕੱਲ੍ਹ ਸ਼੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਆਦੇਸ਼ਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਸੈਟਲਾਈਟ ਚੈਨਲ ਤੇ ਟੈਲੀਕਾਸਟ ਕਰਨ ਵਾਲੇ ਚੈਨਲ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ SGPC ਦਾ ਸੈਟਲਾਈਟ ਚੈਨਲ ਨਹੀਂ ਬਣ ਜਾਂਦਾ ਉਦੋਂ ਤੱਕ ਚੈਨਲ ਦੇ ਉੱਤੇ PTC ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਿਆ ਜਾਵੇ ਕਿਉਂਕਿ ਦੇਸ਼ ਵਿਦੇਸ਼ ਦੀ ਸੰਗਤ ਦੀ ਇਹ ਮੰਗ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਦਾ ਪ੍ਰਬੰਧ ਨਹੀਂ ਕਰਦੀ ਓਨੀ ਦੇਰ ਤੱਕ ਜਿਹੜੇ ਪਹਿਲਾਂ ਪ੍ਰਬੰਧ ਚੱਲ ਰਹੇ ਉਸ ਨੂੰ ਅੱਗੇ ਵਧਾਉਣ ਦਾ ਉਹਨਾਂ ਨੇ ਸਾਨੂੰ ਆਦੇਸ਼ ਕੀਤਾ ਇੱਥੇ ਅਸੀਂ ਜਾਣਕਾਰੀ ਦੇ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪਿਛਲੇ ਦਿਨਾਂ 'ਚ ਜੋ ਐਲਾਨ ਕੀਤੇ ਗਏ ਸੀ ਸੈਟਲਾਈਟ ਚੈਨਲ ਦੇ ਸਬੰਧ ਵਿੱਚ ਉਹ ਸਬੰਧਿਤ ਜਿੱਥੇ ਪੱਤਰਚਾਰ ਵੀ ਚੱਲ ਰਿਹਾ ਜਿੱਥੇ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਲਈ ਚੈਨਲ ਦੇ ਵਾਸਤੇ ਪੱਤਰ ਲਿਖਿਆ ਜਾ ਰਿਹਾ ਤੇ ਇੱਕ ਵਫਦ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਚਿੱਠੀ ਵੀ ਭੇਜ ਦਿੱਤੀ ਗਈ ਆ ਸੋ ਹਰ ਹੀਲਾ ਵਰਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਪਣਾ ਚੈਨਲ ਸੈਟਲਾਈਟ ਚੈਨਲ ਸਥਾਪਿਤ ਕਰਨ ਦੇ ਲਈ ਹਰ ਜਿਹੜਾ ਕੋਸ਼ਿਸ਼ ਜਾਰੀ ਕਰ ਰਹੀ ਆ ਪਰ ਅੱਜ ਦੇ ਸਮੇਂ ਦੇ ਆਧਾਰਤ ਇਸ ਸਮੁੱਚੀ ਜਿਹੜੀ ਹੈ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਪ੍ਰਬੰਧਕੀ ਟੀਮ ਪ੍ਰਧਾਨ ਸਾਹਿਬ ਦੀ ਅਗਵਾਈ ਵਿੱਚ ਇਹ ਇੱਕ ਵਿਚਾਰ ਲਿਆਂਦਾ ਜੋ ਉਦੇਸ਼ ਸਿੰਘ ਸਾਹਿਬ ਵੱਲੋਂ ਆਇਆ ਸੋ ਉਹ ਇਹੀ ਵਿਚਾਰ ਹੈ ਕਿ ਸਾਡੇ ਕੋਲ ਅੱਜ ਦੀ ਤਰੀਕ ਵਿੱਚ ਜੋ ਬਦਲਵੇਂ ਪ੍ਰਬੰਧ ਨੇ ਉਹ ਪਿਛਲੇ ਸਮੇਂ 'ਚ ਜੋ ਪ੍ਰਸਾਰਣ ਚੱਲ ਰਿਹਾ ਪੀਟੀਸੀ ਵੱਲੋਂ ਸੋ ਉਹੀ ਸਾਡੇ ਕੋਲ ਅੱਜ ਦੀ ਤਰੀਕ 'ਚ ਇਸ ਸਮੇਂ ਦੇ ਦੌਰਾਨ ਜਿਹੜਾ ਬਦਲਵਾ ਪ੍ਰਬੰਧ ਜਿਹੜਾ ਜਿਹੜਾ ਜਾਰੀ ਰੱਖਿਆ ਜਾਣ ਦਾ ਸਾਡੇ ਆਪਸੀ ਵਿਚਾਰ ਹੋਈ ਹੈ ਗਿਆਨੀ ਰਗਵੀਰ ਸਿੰਘ ਨੇ ਕੱਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੈਨਲ ਦੇ ਉੱਤੇ ਕਿਸੇ ਵੀ ਸੈਟਲਾਈਟ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਐਸਜੀਬੀਸੀ ਨੇ ਤੁਰੰਤ ਫੈਸਲਾ ਲੈਂਦਿਆ ਚੈਨਲ ਨੂੰ ਅਪੀਲ ਕਰ ਦਿੱਤੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੀ ਤੈਸ਼ ਵਿੱਚ ਆ ਗਏ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਐਸਜੀਬੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ ਸੀਐਮ ਨੇ ਸਵਾਲ ਕੀਤਾ ਕਿ ਬਾਕੀ ਚੈਨਲਾਂ ਨੂੰ ਕਿਉਂ ਨਹੀਂ ਪ੍ਰਸਾਰਣ ਦਾ ਅਧਿਕਾਰ ਕਿ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਮੋੜ ਅਨਿਸ਼ਚਿਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ਕਹਿੰਦੇ ਲਾਲਚ ਦੀ ਵੀ ਹੱਦ ਹੁੰਦੀ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇੱਕ ਹੋਰ ਟਵੀਟ ਕਰਕੇ ਐਲਜੀਪੀਸੀ ਨੂੰ ਫੇਰ ਪੇਸ਼ਕਸ਼ ਕੀਤੀ ਸੀ ਕਿ ਸਰਕਾਰ ਇਹ ਸੇਵਾ ਕਰਨ ਦੇ ਲਈ ਤਿਆਰ ਹੈ 24 ਘੰਟਿਆਂ ਦੇ ਵਿੱਚ ਪ੍ਰਬੰਧ ਕਰ ਦੇਵਾਂਗੇ ਤੁਸੀਂ ਗੁਰਬਾਣੀ 에ਅਰ ਕਰਨ ਦਾ ਜਿਹੜਾ ਹੱਕ ਹੈ ਉਹ ਸਾਰੇ ਚੰਨਲਾਂ ਨੂੰ ਫ੍ਰੀ ਦੇ ਵਿੱਚ ਦਿਓ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਇਲਜ਼ਾਮ ਲਾਇਆ ਕਿ ਐਸਜੀਪੀਸੀ ਨੇ ਬਾਦਲ ਪਰਿਵਾਰ ਦੇ ਹਿੱਤ ਪੂਰੇ ਨਹੀਂ ਇਸ ਦਰਮਿਆਨ ਪੀਟੀਸੀ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਣ ਅੱਗੇ ਜਾਰੀ ਰੱਖਣ ਤੋਂ ਕੋਈ ਇਤਰਾਜ਼ ਵੀ ਨਹੀਂ ਹੋਵੇਗਾ ਜ਼ਾਹਿਰ ਤੌਰ ਤੇ ਕਿਉਂਕਿ ਪਿਛਲੇ ਦਿਨੀ ਉਕਤ ਚੈਨਲ ਦੇ ਐਮ ਡੀ ਰਵਿੰਦਰ ਨਰਾਇਣ ਜਦੋਂ ਜਨਤਕ ਐਲਾਨ ਕਰ ਰਹੇ ਸੀ ਕਿ 23 ਜੁਲਾਈ ਤੋਂ ਬਾਅਦ ਪੀਟੀਸੀ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਨਹੀਂ ਹੋਵੇਗਾ ਕਿਉਂਕਿ ਕਹਿੰਦੇ ਸਾਡੀ ਸੇਵਾ ਸੰਪੂਰਨ ਹੋ ਚੁੱਕੀ ਹੈ ਜਿੰਨੀ ਸਾਨੂੰ ਸੇਵਾ 25 ਸਾਲ ਦੀ ਮਿਲੀ ਸੀ ਉਹ ਅਸੀਂ ਨਿਭਾ ਦਿੱਤੀ ਹੈ ਅੱਗੇ ਵੀ ਕਹਿੰਦੇ ਸੀ ਸੇਵਾ ਜਾਰੀ ਰੱਖਣਾ ਚਾਹੁੰਦੇ ਸੀ ਪਰ ਅਸੀਂ ਐਸਜੀਪੀਸੀ ਦੇ ਆਦੇਸ਼ਾਂ ਦਾ ਸਤਿਕਾਰ ਕਰਦੇ ਹਾਂ ਤੇ ਹੁਣ ਜਦੋਂ ਐਸਜੀਪੀਸੀ ਖੁਦ ਹੀ ਅਪੀਲ ਕਰ ਰਹੀ ਹੈ ਇਸ ਚੈਨਲ ਨੂੰ ਕਿ ਤੁਸੀਂ ਗੁਰਬਾਣੀ ਪ੍ਰਸਾਰਣ ਜਾਰੀ ਰੱਖੋ ਤਾਂ ਜ਼ਾਹਿਰ ਤੌਰ ਤੇ ਚੈਨਲ ਇਨਕਾਰ ਹੀ ਨਹੀਂ ਕਰੇਗਾ ਮਣੀਪੁਰ ਦੇ ਵਿੱਚ ਦੋ ਔਰਤਾਂ ਦੇ ਨਾਲ ਜਿਹੜੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਜਿਸ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਮਸਲਾ ਕੱਲ ਵੀ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਗੂੰਜਦਾ ਰਿਹਾ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਦੇ ਲਈ ਕਿਹਾ ਜਿਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਪਰ ਦੇ ਲਈ ਮੁਲਤਵੀ ਕਰ ਦਿੱਤੀ ਗਈ ਜਦਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਵਾ ਕੀਤਾ ਕਿ ਸਰਕਾਰ ਤਾਂ ਮਨੀਪੁਰ ਬਾਰੇ ਚਰਚਾ ਦੇ ਲਈ ਤਿਆਰ ਹੈ ਪਰ ਵਿਰੋਧੀ ਧਿਰ ਗੰਭੀਰ ਨਹੀਂ ਹੈ ਇਸ ਦਰਮਿਆਨ 21 ਜੂਨ ਨੂੰ ਜਿਹੜੀ ਇਸ ਮਸਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਕਈ ਖੁਲਾਸੇ ਹੋ ਰਹੇ ਨੇ ਪਤਾ ਲੱਗਿਆ ਕਿ ਮਈ ਮਹੀਨੇ ਦੇ ਵਿੱਚ ਦੋ ਆਦੀਵਾਸੀ ਔਰਤਾਂ ਨੂੰ ਅਗਵਾ ਕਰਕੇ ਨਗਨ ਘੁਮਾਉਣ ਤੋਂ ਪਹਿਲਾਂ ਹਜ਼ਾਰ ਲੋਕਾਂ ਦੇ ਹਥਿਆਰਬੰਦ ਹਜ਼ੂਮ ਨੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਦਰਿੰਦਗੀ ਤੇ ਵੈਸ਼ੀਪੁਣੇ ਦੀ ਖੁੱਲੀ ਖੇਡ ਖੇਡੀ ਸੀ ਪਿੰਡ ਤੇ ਹੱਲਾ ਬੋਲਦਿਆਂ ਘਰਾਂ ਦੇ ਵਿੱਚ ਲੁੱਟਖੋ ਮਚਾਈ ਅੱਗ ਲਾਈ ਕਤਲ ਕੀਤੇ ਔਰਤਾਂ ਦੇ ਨਾਲ ਜ਼ਬਰ ਜਨਾਹ ਵੀ ਕੀਤਾ ਪਿੰਡ ਦੇ ਇੱਕ ਨੌਜਵਾਨ ਨੇ ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਹਜ਼ੂਮ ਨੇ ਉਸ ਦਾ ਹੀ ਕਤਲ ਕਰ ਦਿੱਤਾ ਤੇ ਫਿਰ ਦੋ ਆਦੀਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਇਲਾਕੇ ਦੇ ਵਿੱਚ ਘੁਮਾਇਆ ਗਿਆ ਸਭ ਦੇ ਸਾਹਮਣੇ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ FIR ਮੁਤਾਬਕ 900 ਤੋਂ 2000 ਦੇ ਕਰੀਬ ਵਿਅਕਤੀ ਜਿਨ੍ਹਾਂ ਦੇ ਕੋਲ AK ਰਾਈਫਲ्स, SLR, INSAS ਤੇ 0.303 ਰਾਈਫਲਸ ਵਰਗੇ ਆਧੁਨਿਕ ਹਥਿਆਰ ਸਨ 4 ਮਈ ਨੂੰ ਇਹ ਸਾਰੀ ਘਟਨਾ ਵਾਪਰੀ ਸੀ ਤੇ ਸਾਈਕਲ ਪੁਲਿਸ ਥਾਣੇ ਤੋਂ 68 ਕਿਲੋਮੀਟਰ ਦੱਖਣ ਵੱਲ ਕਾਂਗਪੋਕੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਜਬਰੀ ਦਾਖਲ ਹੋਏ ਸਨ 2.5 ਮਹੀਨਿਆਂ ਬਾਅਦ ਜਦੋਂ ਇਹ ਮਾਮਲਾ ਲਾਈਮਲਾਈਟ ਦੇ ਵਿੱਚ ਆਇਆ ਤਾਂ ਪੁਲਿਸ ਇਸਤੇ ਕਾਰਵਾਈ ਕਰ ਰਹੀ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਪਰਚਾ ਦਰਜ ਕਰਨ ਦੇ ਬਾਵਜੂਦ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਗਏ ਸਨ ਕੱਲ 4 ਗ੍ਰਿਫਤਾਰ ਮੁਲਜ਼ਮਾਂ ਨੂੰ 11 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਇਹਨਾਂ ਨੂੰ ਥੋਬਲ ਜ਼ਿਲ੍ਹੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਨਾਮ ਜਿਹੜੇ ਨੇ ਉਹ ਨਸ਼ਰ ਨਹੀਂ ਕੀਤੇ ਜਾ ਰਹੇ ਉਧਰ ਬਣੀਪੁਰ ਦੇ ਮੁੱਖ ਮੰਤਰੀ ਅਨਬੀਰੇਨ ਸਿੰਘ ਨੇ ਕਿਹਾ ਕਿ ਸਾਡੇ ਸੂਬੇ ਦੇ ਲੋਕ ਤਾਂ ਔਰਤਾਂ ਨੂੰ ਮਾਂ ਮੰਨਦੇ ਨੇ ਪਰ ਇਹਨਾਂ ਸਮਾਜ ਵਿਰੋਧੀ ਅੰਸਰਾਂ ਨੇ ਇਸ ਦਿਖ ਨੂੰ ਦਾਗਦਾਰ ਕਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਘਟਨਾ ਦੇ ਸਾਜ਼ਿਸ਼ਕਾਰਾਂ ਦੇ ਖਿਲਾਫ ਸਖਤ ਕਾਰਵਾਈ ਅਸੀਂ ਯਕੀਨੀ ਬਣਾਵਾਂਗੇ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਔਰਤਾਂ ਦੀ ਬੇਵਪਤੀ ਦੀ ਜਿੱਥੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਉਸ ਤੋਂ ਵੀ ਵੱਧ ਦੁਖਦਾਈ ਹੈ ਕਿ ਇੱਕ ਔਰਤ ਦਾ ਪਤੀ ਕਾਰਗਿਲ ਦੀ ਜੰਗ ਦੇ ਵਿੱਚ ਜੂਝ ਚੁੱਕਿਆ ਹੈ ਕਾਰਗਿਲ ਦੀ ਜੰਗ ਵੇਲੇ ਸੂਬੇਦਾਰ ਵਜੋਂ ਤੈਨਾਤ ਔਰਤ ਦਾ ਪਤੀ ਅੱਜਕੱਲ ਰਿਟਾਇਰਡ ਫੌਜੀ ਹੈ ਤੇ ਦੁਖੀ ਹੁੰਦਿਆ ਉਸਨੇ ਕਿਹਾ ਕਿ ਦੇਸ਼ ਤਾਂ ਬਚਾ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾ ਸਕਿਆ ਕਹਿੰਦੇ ਮੈਂ ਦੇਸ਼ ਲਈ ਕਾਰਗਿਲ ਦੀ ਜੰਗ ਲੜੀ ਭਾਰਤੀ ਸ਼ਾਂਤੀ ਸੈਨਾ ਵੱਲੋਂ ਸ਼੍ਰੀਲੰਕਾ ਦੇ ਵਿੱਚ ਵੀ ਹਿੱਸਾ ਲਿਆ ਅੱਜ ਮੈਂ ਆਪਣੇ ਘਰ ਆਪਣੀ ਪਤਨੀ ਤੇ ਪਿੰਡ ਵਾਸੀਆਂ ਨੂੰ ਮਹਿਫੂਜ਼ ਨਹੀਂ ਕਰ ਸਕਿਆ ਮੈਂ ਨਿਰਾਸ਼ ਹਾਂ ਤੇ ਪਰੇਸ਼ਾਨ ਹਾਂ ਉਧਰ ਜਿੱਥੇ ਸਰਕਾਰ ਵਿਰੋਧੀ ਧਿਰ ਨੂੰ ਕਹਿ ਰਹੀ ਹੈ ਕਿ ਅਸੀਂ ਚਰਚਾ ਲਈ ਤਿਆਰ ਹਾਂ ਵਿਰੋਧੀ ਧਿਰ ਗੰਭੀਰ ਨਹੀਂ ਹੈ ਤਾਂ ਦੂਸਰੇ ਪਾਸੇ ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਸਰਕਾਰ ਸੰਸਦ ਵਿੱਚ ਮਨੀਪੁਰ ਮਸਲੇ ਤੇ ਚਰਚਾ ਲਈ ਗੰਭੀਰ ਨਹੀਂ ਹੈ ਭਾਜਪਾ ਤੇ ਸੰਸਦ ਵਿੱਚ ਬਹਿਸ ਦੇ ਨਾਂ ਤੇ ਰਸਮੀ ਖਾਨਾ ਪੂਰਤੀ ਕਿਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ ਮਣੀਪੁਰ ਦੇ ਵਿੱਚ ਵਾਪਰੀ ਇਸ ਸ਼ਰਮਨਾਕ ਘਟਨਾ ਤੇ ਲੋਕ ਗੁੱਸੇ ਦੇ ਵਿੱਚ ਨੇ ਸਾਬਕਾ دہشتਗਰਦਾਂ ਦੀ ਜਥੇਬੰਦੀ ਪੀਸ ਅਕੋਰਡ ਐਮ ਐਨ ਐਫ ਰਿਟਰਨੀਜ਼ ਐਸੋਸੀਏਸ਼ਨ ਯਾਨੀ ਕਿ ਪਾਮਰਾ ਨੇ ਮੈਤੇਈ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸੁਰੱਖਿਆ ਦੇ ਲਈ ਮਿਜ਼ੋਰਮ ਛੱਡ ਕੇ ਚਲੇ ਜਾਣ ਜਥੇਬੰਦੀ ਨੇ ਕਹਿ ਕੇ ਹੰਸਾ ਦੇ ਚੰਬੇਗਵਾਂਡੀ ਸੂਬੇ ਦੇ ਵਿੱਚ ਦੋ ਆਦੀਵਾਸੀ ਔਰਤਾਂ ਨੂੰ ਨਗਨ ਘੁਮਾਉਣ ਵਾਲੀ ਵੀਡੀਓ ਕਰਕੇ ਮਿਜ਼ੋਰਮ ਦੇ ਨੌਜਵਾਨਾਂ ਦੇ ਵਿੱਚ ਗੁੱਸਾ ਹੈ ਦਰਅਸਲ ਮਨੀਪੁਰ ਦੇ ਵਿੱਚ ਪਿਛਲੇ 3 ਕੁ ਮਹੀਨਿਆਂ ਤੋਂ ਕੁਕੀ ਤੇ ਮੈਤੀ ਭਾਈਚਾਰਿਆਂ ਦੇ ਵਿਚਾਲੇ ਬੇਵਜ੍ਹਾ ਟਕਰਾਅ ਚੱਲ ਰਿਹਾ ਹੈ ਉਧਰ ਕੌਮੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਰੀਖਾ ਸ਼ਰਮਾ ਜਿਨ੍ਹਾਂ ਨੂੰ ਲੋਕਾਂ ਦੇ ਤਿੱਖੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਹਾਲਾਂਕਿ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਜ ਤੱਕ ਘਟਨਾ ਸਥਾਨ ਤੇ ਨਹੀਂ ਪਹੁੰਚੀ ਤੇ ਨਾ ਹੀ ਇਹਨਾਂ ਔਰਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਪਰ ਰੇਖਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਮਨੀਪੁਰ ਦੇ ਵਿੱਚ ਮਹਿਲਾਵਾਂ ਖਿਲਾਫ ਹਿੰਸਾ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਵਾਰੀ ਮਨੀਪੁਰ ਅਥਾਰਟੀਸਟ ਕੋਲ ਪਹੁੰਚ ਕੀਤੀ ਪਰ ਸੂਬਾ ਸਰਕਾਰ ਦੇ ਵੱਲੋਂ ਕੋਈ ਜਵਾਬ ਹੀ ਨਹੀਂ ਮਿਲਿਆ ਯਾਨੀ ਕਿ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਵੱਲੋਂ ਹੁਣ ਆਪਣਾ ਤਰਕ ਦੇ ਕੇ ਪੱਲਾ ਝਾੜਿਆ ਜਾ ਰਿਹਾ ਹੈ ਪਰ ਸਵਾਲ ਹੁੰਦਾ ਹੈ ਕਿ ਇੱਕ ਵਾਰੀ ਵੀ ਰੇਖਾ ਸ਼ਰਮਾ ਇਸ ਇਲਾਕੇ ਦੇ ਵਿੱਚ ਗਏ ਕਿਉਂ ਨਹੀਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਵੀ ਇਸ ਘਟਨਾ ਦੇ ਖਿਲਾਫ ਰੋਹ ਵਧਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਵਿਦਿਆਰਥੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਤੇ ਅੱਜ ਲਲਕਾਰ ਜਥੇਬੰਦੀ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਸ਼ਾਮ ਨੂੰ 5:30 ਵਜੇ ਸੈਕਟਰ 17 ਪਲਾਜ਼ਾ ਦੇ ਵਿੱਚ ਮੁਜ਼ਾਰਾ ਕੀਤਾ ਜਾਊਗਾ ਤਖਤਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਨੂੰ ਭਾਰਤ ਦੇ ਸਮੁੱਚੇ ਕਥਿਤ ਲੋਕਤੰਤਰ ਦਾ ਚੀਰ ਹਰਨ ਦੱਸਿਆ ਹੈ ਜਥੇਦਾਰ ਸਾਹਿਬ ਨੇ ਕਿਹਾ ਕਿਉਂ ਨਾ ਇਸਤਰੀਆਂ ਤੇ ਉਹਨਾਂ ਦੀ ਕੌਮ ਜਾਂ ਭਾਈਚਾਰੇ ਦੀ ਅਸਹਿ ਪੀੜਾ ਨੂੰ ਸਾਡੇ ਤੋਂ ਵੱਧ ਯਾਨਕਿ ਸਿੱਖਾਂ ਤੋਂ ਵੱਧ ਕੌਣ ਜਾਣ ਸਕਦਾ ਹੈ ਕਿਉਂਕਿ 1984 ਦੇ ਵਿੱਚ ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਸ ਤੋਂ ਵੀ ਵੱਡਾ ਦੁਖਾਂਤ ਸਾਡੇ ਨਾਲ ਵਾਪਰਿਆ ਸੀ ਔਰਤਾਂ ਦੇ ਨਾਲ ਅਜਿਹਾ ਘਿਣਾਉਣਾ ਵਿਹਾਰ ਇਹ ਲੋਕ ਮਹਾਭਾਰਤ ਦੇ ਉਸ ਅਧਿਆਇ ਤੋਂ ਸਿੱਖਦੇ ਨੇ ਜਿਦੇ ਵਿੱਚ ਰਾਜ ਦੀ ਸਰਪ੍ਰਸਤੀ ਤੇ ਨਿਗਾਹਾਂ ਦੇ ਸਾਹਮਣੇ ਦ੍ਰੋਪਦੀ ਨੂੰ ਨਿਰਵਸਤਰ ਕੀਤੇ ਜਾਣ ਦਾ ਉਲੇਖ ਹੈ ਪਰ ਕਹਿੰਦੇ ਲੋਕ ਇਹ ਭੁੱਲ ਜਾਂਦੇ ਨੇ ਕਿ ਅਜਿਹੇ ਵਰਤਾਰੇ ਹੀ ਸਟੇਟ ਦੇ ਸਰਬਨਾਸ਼ ਦਾ ਕਾਰਨ ਬਣਦੇ ਨੇ ਤੇ ਹੋ ਰਹੇ ਜ਼ੁਲਮਾਂ ਖਿਲਾਫ ਬੋਲਣਾ ਜਾਂ ਪੀੜਤਾਂ ਪ੍ਰਤੀ ਹਮਦਰਦੀ ਕਰਨੀ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਈ ਹੈ ਤੇ ਪੰਜਾਬ ਦੀ ਧਰਤੀ ਤੇ ਈਸਾਈਅਤ ਦੇ ਨਾਂ ਤੇ ਖੁੱਲੇ ਡੇਰੇ ਦੇ ਨਕਲੀ ਬਣੇ ਪਾਸਟਰਾਂ ਦੀ ਜ਼ੁਬਾਨ ਨੂੰ ਲੱਗੇ ਤਾਲੇ ਉਹਨਾਂ ਲੋਕਾਂ ਦੇ ਲਈ ਸਬਕ ਨੇ ਜੋ ਇਹਨਾਂ ਦੇ ਜਾਲ 'ਚ ਫਸ ਕੇ ਆਪਣੇ ਮੂਲ ਧਰਮ ਨੂੰ ਤਲਾਂਚਲੀ ਦਿੰਦੇ ਨੇ 1984 ਸਿੱਖ ਨਸਲ ਕੁਸ਼ੀ ਦੇ ਵਕੀਲ ਐਚਐਸ ਫੂਲਕਾ ਨੇ ਵੀ ਤਿੱਖਾ ਬਿਆਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਸੁਪਰੀਮ ਕੋਰਟ ਹੁਣ ਮਨੀਪੁਰ ਦੇ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਪਰ ਦਿੱਲੀ ਦੇ ਵਿੱਚ 1984 'ਚ ਸੁਪਰੀਮ ਕੋਰਟ ਮੂਕ ਦਰਸ਼ਕ ਬਣੀ ਰਹੀ ਜਦੋਂ ਕਿ ਇਹ ਸਾਰਾ ਕੁਝ ਕਿਲੋਮੀਟਰ ਦੀ ਦੂਰੀ ਤੇ ਹੋ ਰਿਹਾ ਸੀ ਇੱਕ ਘਟਗਣਤੀ ਪਾਈਚਾਰੇ ਦੀਆਂ ਔਰਤਾਂ ਦੇ ਨਾਲ ਹੋ ਰਿਹਾ ਸੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੈਕਟਰ 79 ਦੇ ਵਿੱਚ ਚੱਲਦੇ ਐਮਿਟੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਨੂੰ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜ੍ਹਾਏ ਜਾਣ ਕਾਰਨ 50000 ਰੁਪਏ ਦਾ ਜੁਰਮਾਨਾ ਲਾਇਆ ਗਿਆ। ਮંત્રી ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਪ੍ਰਤੀ ਕਿਸੇ ਵੀ ਕਿਸਮ ਦੀ ਬੇਰੁਖੀ ਅਪਣਾਉਣ ਵਾਲੇ ਸਕੂਲਾਂ ਨੂੰ ਬਖਸ਼ਿਸ਼ ਨਹੀਂ ਸਖਤ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 28 ਜੁਲਾਈ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਚ ਕੰਮ ਕਰ ਰਹੇ 12500 ਕੱਚੇ ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਣਗੇ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ ਮਾਨਸਾ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਦੇ ਲਈ ਸ਼ੁੱਕਰਵਾਰ ਨੂੰ ਵੱਖ-ਵੱਖ ਜਥੇਬੰਦੀਆਂ ਤੇ ਆਮ ਲੋਕਾਂ ਸਮੇਤ ਪਰਿਵਾਰ ਨੇ ਰੋਸ ਮੁਜ਼ਾਹਰਾ ਕੀਤਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਫਿਲਹਾਲ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ 14 ਅਗਸਤ ਨੂੰ ਮੁੜ ਤੋਂ ਇਕੱਠ ਸੱਦਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਝੋਟਾ ਦੀ ਛੇਤੀ ਤੋਂ ਛੇਤੀ ਰਿਹਾਈ ਦੀ ਮੰਗ ਕੀਤੀ ਹੈ ਉਹ ਪਵੇਖਾ ਨੌਜਵਾਨਾਂ ਦਾ ਜਿਹੜੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਫੈ ਰਿਹਾ 10ਵੀਂ 10ਵੀਂ ਕਲਾਸ ਦੇ ਬੱਚੇ ਬਹੁਤ ਜ਼ਿਆਦਾ ਮੈਡੀਕਲਾਂ ਤੋਂ ਨਸ਼ਾ ਲੈ ਕੇ ਖਾ ਰਹੇ ਨੇ ਇਹਦਾ ਇਹੀ ਕਸੂਰ ਆ ਪ੍ਰਸ਼ਾਸਨ ਦਾ ਕਸੂਰ ਆ 20 ਵਾਰ ਅਸੀਂ ਫੜ ਕੇ ਮਤਲਬ ਨਸ਼ਾ ਫੜਾਤਾ ਕੋਈ ਇਹਨਾਂ ਦੇ ਕਾਰਵਾਈ ਨਹੀਂ ਹੁੰਦੀ ਪਰਮੇਂਦਰ ਬਾਈ ਤੇ ਕਾਰਵਾਈ ਹੋ ਗਈ ਝੂਠਾ ਪਰਚਾ ਪਾਤਾ ਮਾਨ ਹਾਨੀ ਦਾ ਚਲੋ ਅਸੀਂ ਮਾਨ ਦਾ ਛਤਰਾਂ ਦਾ ਹਾਰ ਪਾਤਾ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਪਿੰਡਾਂ ਵਾਲੇ ਲੋਕ ਆਪਣੇ ਭਰਾ ਜਿਹੜਾ ਕੋਈ ਗਲਤ ਨਸ਼ਾ ਕਰਦਾ ਸੀ ਜਾਂ ਗਲਤ ਕੰਮ ਕਰਦਾ ਸੀ ਪਿੰਡਾਂ ਵਾਲੇ ਉਹਦੇ ਕੋ ਕਾਲਾ ਮੂੰਹ ਕਰਕੇ ਗਧੇ ਤੇ ਚੜਾ ਕੇ ਉਹਦੀ ਬੇਇੱਜ਼ਤੀ ਫੁੱਲ ਕਰਦੇ ਸੀ ਸੋ ਅੱਜ ਜੇ ਜਨਤਾ ਨੇ ਇਹ ਕੀਤਾਗਾ ਇਹ ਝੂਠਾ ਪਰਚਾ ਪਾਇਆਗਾ ਨਜਾਇਜ਼ ਤੇ ਕੋ ਜਿਹੜਾ ਮਤਲਬ ਮੋੜ ਵਾਲਾ ਪਰਚਾ ਪਾਇਆ ਉਹ ਕੁੜੀ ਆਪ ਹੀ ਬਹੁਤ ਜ਼ਿਆਦਾ ਨਸ਼ਾ ਕਰਦੀ ਹੈਗੀ ਕਰਦੀ ਰਹੀ ਹੈਗੀ ਕਾਫੀ ਉਹਨਾਂ ਨੇ ਕੁੜੀਆਂ ਵੀ ਲਾਤੀਆਂ ਦਾ ਛੇਤੇ ਅਸੀਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਇਹ ਮੰਗਾ ਨਸ਼ਾ ਦਾ ਉਹ ਬੰਦ ਕੀਤਾ ਜਾਵੇ ਪ੍ਰਦਰਸ਼ਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਸਿਆਸੀ ਧਿਰਾਂ ਦੇ ਲੀਡਰ ਵੀ ਪਹੁੰਚੇ ਆਮ ਲੋਕ ਤਾਂ ਵਹੀਰਾਂ ਘੱਟ ਕੇ ਪਹੁੰਚੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਹਾਜ਼ਰੀ ਲਵਾਈ ਨੌਜਵਾਨ ਲੀਡਰ ਲੱਖਾ ਸਿਧਾਣਾ ਨੇ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਖੁੱਲੀ ਚੁਣੌਤੀ ਦਿੱਤੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਪਰਵਿੰਦਰ ਸਿੰਘ ਨੂੰ ਰਹਿਣ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਇਕੱਠ ਹੋਵੇਗਾ ਜਿਹੜਾ ਨਸ਼ਾ ਵਿਰੋਧੀ ਅਦੋਲਨ ਚੱਲਦਾ ਹੈ ਇਹ ਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਰਵਿੰਦਰ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਉਹਨੂੰ ਰਹਾਆ ਕਰਨਾ ਚਾਹੀਦਾ ਹੈ ਜਿਹੜਾ ਨਸ਼ਾ ਲੋਕ ਵੇਚਦੇ ਨੇ ਉਹਨਾਂ ਤੇ ਸਖਤੀ ਕਰਨੀ ਚਾਹੀਦੀ ਹੈ ਅੱਜ ਤਾਂ ਅਸੀਂ ਜੇ ਕਹ ਜੀਏ ਲਵੇ ਲਵੇ ਜਿਲ੍ਹਾਂ ਦਾ ਇਕੱਠ ਕਰਿਆ ਆਉਣ ਵਾਲੇ ਸਮੇਂ 'ਚ ਵੱਡਾ ਇਕੱਠ ਹੋਊਗਾ ਘਟੋ ਘਟ 65 ਮੈਂਬਰੀ ਕਮੇਟੀ ਬਣ ਗਈ ਹੈ ਕਮੇਟੀ ਕਿਹੜੇ ਤਰੀਕੇ ਨਾਲ ਅंदोलਨ ਚਲਾਉਂਦੀ ਹੈ ਸੰਯੁਕਤ ਕਿਸਾਨ ਮੋਰਚਾ ਮਾਨਸਾ ਜ਼ਿਲ੍ਹਾ ਉਹਦੀ ਪੂਰੀ ਹਮਾਇਤ ਕਰੂਗਾ ਤੇ ਅੱਜ ਵੀ ਸਾਰੇ ਲੀਡਰ ਆਏ ਨੇ ਪਾਰਟੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਲਜ਼ਾਮ ਲਾਇਆ ਕਿ ਭਾਵੇਂ ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਪਰ ਸਰਕਾਰ ਨਾਲੇ ਡਰੀ ਵੀ ਹੋਈ ਹੈ। ਡੀਜੀਪੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਛੋਟੇ ਦੇ ਮੁੱਦੇ ਤੇ ਹੀ ਵਾਰੀ-ਵਾਰੀ ਗੱਲ ਕਰ ਰਿਹਾ ਹੈ। ਵੱਧ ਜ਼ੋਰ ਲਾ ਕੇ ਬੋਲਣਾ ਡਰੇ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸਰਕਾਰ ਦੇ ਗੋਡੇ ਟੇਕਣ ਵਿੱਚ ਕੁਝ ਸਮਾਂ ਕਹਿੰਦੇ ਜ਼ਰੂਰ ਲੱਗ ਸਕਦਾ ਹੈ ਪਰ ਟੇਕੂਗੀ ਜ਼ਰੂਰ। ਡੱਲੇਵਾਲ ਨੇ ਕਿਹਾ ਕਿ ਹਰੇਕ ਪੇਨ ਕਿਲਰ ਦੇ ਵਿੱਚ ਮੋਰਫਿਨ ਹੁੰਦੀ ਹੈ। ਹੋ ਸਕਦਾ ਹੈ ਪ੍ਰਸ਼ਾਸਨ ਨੇ ਪ੍ਰਵਿੰਦਰ ਸਿੰਘ ਦੇ ਡੋਪ ਟੈਸਟ ਤੋਂ ਪਹਿਲਾਂ ਚਾਹ ਜਾਂ ਸਬ ਦੇ ਵਿੱਚ ਮੋਰਫਨ ਪਾ ਕੇ ਉਹਨੂੰ ਦਿੱਤੀ ਹੋਵੇ ਕੀ ਤਸੱਲੀ ਕੀਤੀ ਜਾ ਸਕਦੀ ਹੈ ਨਵਾਂ ਪਰਚਾ ਉਹਦੇ ਤੇ ਦਰਜ ਕੀਤਾ ਮੋੜਾ ਵਾਲਾ ਉਹ ਮੋੜ ਮੰਡੀ ਵਾਲਾ ਪਰਚੇ ਦੇ ਵਿੱਚ ਜਿਹੜੇ ਪਰਿਵਾਰ ਵੱਲੋਂ ਪਰਚਾ ਕਰਾਇਆ ਗਿਆ ਉਸ ਮੁੰਡੇ ਦੀ ਮਾਂ ਨੇ ਇੱਕ ਪੱਤਰਕਾਰ ਨੂੰ ਇੰਟਰਵਿਊ ਦਿੰਦਿਆਂ ਮੋਬਾਈਲ ਤੇ ਬੋਲੀ ਆਹੋ ਫੋਨ ਤੇ ਰਹੀ ਸਟੇਟਮੈਂਟ ਸਟੇਟਮੈਂਟ ਹਾਉ ਨੇ ਸਾਫ਼ ਕਹਿਤਾ ਕਿ ਭਈ ਬਿਲਕੁਲ ਛੋਟੇ ਨੇ ਕੋਈ ਗਲਤੀ ਨਹੀਂ ਕੀਤੀ ਇਥੇ ਕਿਸੇ ਨੂੰ ਕੁਝ ਨਹੀਂ ਆਖਿਆ ਇਹ ਉਹ ਧਿਕਰ ਵੀ ਮੰਨ ਗਈ ਵੀ ਮੇਰਾ ਮੇਰੀ ਨੂੰ ਤੇ ਮੇਰਾ ਬੇਟਾ ਇਹ ਕੁਝ ਕਰਦੇ ਐ ਇਹ ਵੀ ਉਹ ਮਾਤਾ ਨੇ ਕਿਹਾ ਉਸ ਤੋਂ ਬਾਅਦ ਉਹ ਬੀਬੀ ਦੀ ਵੀ ਇੰਟਰਵਿਊ ਆ ਗਈ ਉਹ ਕਹਿ ਰਹੀ ਹੈ ਕਿ ਮੈਥੋਂ ਪੁਲਿਸ ਨੇ ਕਹਿ ਕੇ ਇਹ ਕਰਵਾਇਆ ਤੇ ਜੇ ਪੁਲਿਸ ਨੇ ਕਹਿ ਕੇ ਉਹ ਕਰਵਾਇਆ ਤਾਂ ਫਿਰ ਹੋ ਸਕਦਾ ਪੁਲਿਸ ਨੇ ਕਹਿ ਕੇ ਮਾਨਸਾ ਵਾਲਾ ਵੀ ਪੁਲਿਸ ਨੇ ਕਹਿ ਕੇ ਕਰਵਾਇਆ ਹੋਵੇ ਇਹਦਾ ਮਤਲਬ ਪੁਲਿਸ ਦੀ ਇੰਨੀ ਇਨਾ ਜ਼ੋਰ ਲਗਿਆ ਹੋਇਆ ਹੈ ਤੇ ਜੇ ਪੁਲਿਸ ਇਨਾ ਜ਼ੋਰ ਲਾ ਕੇ ਕਰ ਰਹੀ ਹੈ ਤਾਂ ਫਿਰ ਕਿਉਂ ਕੀ ਕਾਰਨ ਹੈ ਕੀ ਦਾ ਪ੍ਰੈਸ਼ਰ ਹੈ ਸਰਕਾਰ ਦਾ ਪ੍ਰੈਸ਼ਰ ਹੈ ਜਾਂ ਫਿਰ ਇਹ ਜਿਹੜੇ ਇੱਕ ਸਮਗਲਰ ਹੈ ਜਿਹੜੇ ਇਹ ਚਿੱਟਾ ਵੇਚਣ ਦੇ ਵਪਾਰੀ ਹੈ ਸੁਦਾਗਰ ਹੈ ਇਹਨਾਂ ਨਾਲ ਮਿਲੀ ਹੋਈ ਹੈ ਦੋ ਹੀ ਗੱਲਾਂ ਨੇ ਹੋਰ ਤਾਂ ਕੋਈ ਗੱਲ ਨਹੀਂ ਹੋ ਸਕਦੀ ਤਾਂ ਅਗਰ ਇਹ ਹੈ ਤਾਂ ਫੇਰ ਮਤਲਬ ਬੜੀ ਬੜੀ ਇੱਕ ਸਾਡੇ ਸਾਰਿਆਂ ਲਈ ਸੋਚਣ ਦਾ ਵਿਸ਼ਾ ਹੈ ਮੈਂ ਕਹਿੰਦਾ ਡੋਪ ਟੈਸਟ ਲੈ ਲੈਣਾ ਡੋਪ ਟੈਸਟ ਤੁਸੀਂ ਮੈਨੂੰ ਦੱਸਿਓ ਮੋਰਫੀਨ ਆਈ ਹੈ ਅਗਰ ਮੇਰੇ ਮੈਂ ਮੈਂ ਕਿਡਨੀ ਦਾ ਪੇਸ਼ੈਂਟ ਆ ਮੈਂ ਆਪਦੀ ਲਾਈਫ ਦੇ ਵਿੱਚ ਨਸ਼ਾ ਨਹੀਂ ਵਰਤਿਆ ਅਜ ਤੱਕ। ਯੂਪੀ ਤੋਂ ਇੱਥੇ ਪਹੁੰਚੇ ਕਿਸਾਨ ਲੀਡਰ ਰਾਕੇਸ਼ ਜੀ ਕਹਿੰਦੇ ਹੈ ਕਿ ਹਾਕ ਨਸ਼ੇ ਖਿਲਾਫ ਫੜੇ ਗਏ ਸਾਡੇ ਬੱਚੇ ਜਦੋਂ ਤੱਕ ਜੇਲ੍ਹਾਂ ਦੇ ਵਿੱਚ ਰਹਿਣਗੇ ਐਲਾਨ ਉਦੋਂ ਤੱਕ ਹੋਰ ਤੇਜ਼ ਹੁੰਦਾ ਜਾਊਗਾ ਇਸ ਦੇਸ਼ ਦਾ ਨੌਜਵਾਨ ਕਹਿੰਦੇ ਨਸ਼ਾ ਮੁਕਤੀ ਚਾਹੁੰਦਾ ਹੈ ਪਰ ਸਰਕਾਰਾਂ ਹੋਣ ਨਹੀਂ ਦਿੰਦੀਆਂ। ਯੁਵਾ ਪੀੜੀ ਨੂੰ ਆਗਿਆਨਾ ਪੜੇਗਾ। ਸਮਾਜਿਕ ਸਤਰ 'ਤੇ ਵੀ ਆਣਾ ਪੜੇਗਾ ਔਰ ਆंदोलਨ ਦੇ ਮਾਧਮ ਸੇ ਵੀ ਆਣਾ ਪੜੇਗਾ। जो बच्चे हमारे जेल चले गए यह आंदोलन जेल से छुटाने के लिए मत करो जितने दिन वे अंदर जेल में रहेंगे ये आंदोलन आपका तेज होगा आंदोलनकारी जेल में रहता है और जब वो जेल से बाहर आएंगे तो ये मुहिम 100 परसेंट आपकी सक्सेसफुल होगी आप जहां जहां पर भी मीटिंग इसके संबंध में करोगे हम वहां पर मीटिंग में आएंगे हमको दो दिन चार दिन दस दिन भी पंजाब में रहना पड़ेगा आप जिलेवाइज इसकी मीटिंग बुलाओ पूरी कमेटी है पूरी जत् को इन पे लगाओ इसको सक्सेसफुल करना है पंजाब से बढ़ा हुआ नशा हरियाणा उत्तर प्रदेश तक पहुंच गया ये पूरे देश को बर्बाद कर देगा सिद्धू मूसेवाला दे पिता बलकौर सिंह भी पहुंचे उन्होंने कहा कि ਚਲੋ ਮੈਂ ਮੰਨਦਾ ਕਿ ਕਿਸੇ ਦੀ ਗੱਲ ਵਿੱਚ ਛੇਤਰਾ ਦਾ ਹਾਰ ਨਹੀਂ ਸੀ ਪਾਣਾ ਚਾਹੀਦਾ ਕਾਨੂੰਨ ਦੇ ਵਿੱਚ ਠੀਕ ਨਹੀਂ ਹੈ ਪਰ ਕਾਨੂੰਨ ਆਪ ਵੀ ਤਾਂ ਬਹੁਤ ਕੁਝ ਕਰ ਰਿਹਾ ਹੈ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਦਿੱਤੀ ਜਾਵੇ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਕਿ ਗੈਂਗਸਟਰਾਂ ਦੀ ਹਮਾਇਤ ਕੀਤੀ ਜਾਵੇ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਕਿ ਜੇਲ੍ਹ ਦੇ ਵਿੱਚ ਕਿਸੇ ਗੈਂਗਸਟਰ ਦੀ ਇੰਟਰਵਿਊ ਕਰਵਾਈ ਜਾਵੇ ਪਰ ਸਾਰਾ ਕੁਝ ਕਹਿੰਦੇ ਹੋ ਰਿਹਾ ਹੈ ਕਾਨੂੰਨ ਦੇ ਉਲਟ ਹੀ ਹੋ ਰਿਹਾ ਹੈ ਦੇਖੋ ਇੱਕ ਇੱਕ ਅਖਣੀ ਮੈਮ ਇਹ ਤਾਂ ਇੱਕ ਲੋਕਾਂ ਦੀ ਪ੍ਰੋਬਲਮ ਸਾਹਮਣੇ ਆਈ ਹੈ ਜੀ ਹਰੇਕ ਬੰਦਾ ਪੀੜਤ ਹੈ ਇਸ ਗੱਲ ਦੇ ਉੱਤੇ ਅਰ ਇਹ ਅੱਗੇ ਵੀ ਚਲਦੇ ਰਹਿਣਗੇ ਜਦ ਤੱਕ ਇਹ ਚੀਜ਼ਾਂ ਨਹੀਂ ਰੁਕਣਗੀਆਂ ਲੋਕ ਲੜਦੇ ਲੋਕ ਕੱਟੇ ਪੈਣੇ ਜੇ ਤੁਸੀਂ ਸਹੀ ਗੱਲ ਬੋਲੇ ਪਰ ਯਾਰ ਕਈ ਗੱਲਾਂ ਇਦਾਂ ਨੇ ਮੈਂ ਮੰਨਦਾ ਵੀ ਕਈ ਜਿੱਦਾਂ ਅਹ ਛੇਤਰਾਂ ਦਾ ਹਾਰ ਪਤਾ ਜਾਂ ਕਾਨੂੰਨ ਨਹੀਂ ਕਹਿੰਦਾ ਕਾਨੂੰਨ ਬਹੁਤ ਕੁਝ ਨਹੀਂ ਕਹਿੰਦਾ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਡਾਕਟਰ ਦੀ ਪਰਚੀ ਤੋਂ ਉਹਨਾਂ ਦਵਾਈ ਦਿੱਤੀ ਜਾਵੇ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਗੈਂਗਸਟਰਾਂ ਦੀ ਹਮਾਇਤ ਕੀਤੀ ਜਾਵੇ ਕਾਨੂੰਨ ਤਾਂ ਇਹ ਵੀ ਨਹੀਂ ਕਹਿੰਦਾ ਵੀ ਜੇਲ੍ਹ ਦੇ ਵਿੱਚ ਕਿਸੇ ਦੀ ਇੰਟਰਵਿਊ ਕਰਾਈ ਜਾਵੇ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਨੇ ਪੁਲਿਸ ਨੂੰ ਨਸੀਹਤ ਦੰਦਿਆ ਕਿ ਮੌਕਾ ਸਾਂਭ ਲਿਓ ਨਹੀਂ ਤਾਂ ਤੁਹਾਡੇ ਘਰਾਂ ਦੇ ਚੁੱਲ੍ਹੇ ਵੀ ਬੁੱਝ ਜਾਣਗੇ ਪ੍ਰਸ਼ਾਸਨ ਤੋਂ ਕਹਿੰਦੇ ਜਰਿਆ ਨਹੀਂ ਜਾ ਰਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਕਿਉਂ ਹੋ ਰਹੇ ਨੇ ਬਿਲਕੁਲ ਜੀ ਪ੍ਰਸ਼ਾਸਨ ਤੇ ਤਾਂ ਲਾਂਤਾ ਪੈ ਰਹੀਆਂ ਸੀ ਵੀ ਤੁਸੀਂ ਕੀ ਕਰ ਰਹੇ ਹੋ ਜਿਹੜੇ 60-60 70-70 ਲੱਖ-ਲੱਖ ਰੁਪਈਆ ਲੈ ਕੇ ਤੁਸੀਂ ਮੁਲਾਜ਼ਮ ਲੱਗੇ ਹੋਏ ਹੋ ਇੱਕ ਨੌਜਵਾਨ ਜਿਹੜਾ ਉਹਦੀ ਜਾਨ ਨਹੀਂ ਮਾਲੀ ਨੁਕਸਾਨ ਹੋਣ ਦਾ ਖਤਰਾ ਮੁੱਲ ਲੈ ਕੇ ਲੋਕਾਂ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ ਵੀ ਨਸ਼ਾ ਛੱਡੋ ਇਸ ਚੀਜ਼ਾਂ ਨੂੰ ਕਿਹੜਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਸੀ ਲੱਖ ਦੀਆਂ ਲਾਂਤਾਂ ਜੀ ਪੁਲਿਸ ਪ੍ਰਸ਼ਾਸਨ ਤੇ ਲੱਖ ਦੀਆਂ ਲਾਂਤਾਂ ਇੱਥੋਂ ਦੇ ਪ੍ਰਸ਼ਾਸਨ ਤੇ ਜਿਹਨੇ ਉਹ ਵੀਰ ਨੂੰ ਫੜਿਆ ਸਾਡੇ ਨੂੰ ਅਸੀਂ ਤਾਂ ਲਾਂਤਾਂ ਹੀ ਪਾ ਸਕਦੇ ਆ ਇਕੱਲਾ ਇਕੱਲਾ ਨੌਜਵਾਨ ਲਾਂਤਾਂ ਪਾ ਰਿਹਾ ਅੱਜ ਸਾਡੇ ਭਰਾ ਮਰ ਰਹੇ ਨੇ ਭਰਾ ਜਦੋਂ ਛੋਡੇ ਘਰਾਂ ਦੇ ਛੋਡੇ ਘਰਾਂ ਦੇ ਚੁੱਲ੍ਹੇ ਬੁਝੇ ਨਾ ਉਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗੂ ਵੀ ਕੀ ਦਰਦ ਹੁੰਦਾ ਪਰਵਿੰਦਰ ਸਿੰਘ ਝੋਟਾ ਦੇ ਮਾਤਾ ਅਮਰਜੀਤ ਕੌਰ ਵੀ ਪਹੁੰਚੇ ਹੋਏ ਸਨ ਮਾਂ ਦੇ ਬੁਲੰਦ ਹੌਸਲੇ ਦੇਖ ਕੇ ਹਰ ਕਿਸੇ ਨੂੰ ਇੱਕ ਵਾਰੀ ਤਾਂ ਪੂਰਾ ਹੌਸਲਾ ਮਿਲਦਾ ਮਾਂ ਨੇ ਦੱਸਿਆ ਅਮਰਜੀਤ ਕੌਰ ਨੇ ਕਿ ਪੁਲਿਸ ਵਾਲੇ ਤੜਕਸਾਰ ਕੰਦਾ ਟੱਪ ਕੇ ਸਾਡੇ ਘਰੇ ਵੜ ਗਏ ਸਨ ਪੁੱਤ ਦੀ ਦਸਤਾਰ ਨੂੰ ਉਤਾਰ ਦਿੱਤਾ ਧੱਕੇ ਨਾਲ ਲੈ ਗਏ ਕਹਿੰਦੇ ਸਾਡੀ ਇਹੀ ਮੰਗ ਹੈ ਕਿ ਚਿੱਟੇ ਵਾਲਿਆਂ ਨੂੰ ਫੜਨ ਉਹਨਾਂ ਦੇ ਪੁੱਤਾਂ ਉਹਨਾਂ ਦੇ ਪੁੱਤ ਤੇ ਪਾਇਆ ਝੂਠਾ ਪਰਚਾ ਰੱਦ ਕੀਤਾ ਜਾਵੇ ਚਿੱਟੇ ਵਾਲਿਆਂ ਨੂੰ ਫੜਿਆ ਜਾਵੇ ਮਾਤਾ ਨੇ ਕਿਹਾ ਕਿ ਮੈਨੂੰ ਜੇਲ੍ਹ ਦੀ ਕੋਈ ਪਰਵਾਹ ਨਹੀਂ ਐ ਜੇ ਲੋਕਾਂ ਦੀ ਜਵਾਨੀਆਂ ਬਚ ਸਕਦੀਆਂ ਨੇ ਤਾਂ ਮੈਂ ਆਪਣੇ ਪੁੱਤਰ ਨੂੰ ਜੇਲ੍ਹ ਵੀ ਭੇਜ ਸਕਦੀਆਂ ਅਸੀਂ ਕਹਿੰਦੇ ਸੀਐਮ ਮਾਨ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕਿ ਸਾਡੇ ਕੰਮ ਸਵਾਰੂਗਾ ਪਰ ਉਹ ਸਾਡਾ ਹੀ ਦੁਸ਼ਮਣ ਬਣ ਕੇ ਰਹਿ ਗਿਆ ਹੈ ਮਾਨ ਨੇ ਦੱਸਿਆ ਕਿ ਉਸ ਦਾ ਪੁੱਤ ਛੋਟਾ ক্রিকেট ਦਾ ਖਿਡਾਰੀ ਸੀ ਵਿਆਹ ਤੋਂ ਪਹਿਲਾਂ ਉਹ ਭਟਾਂ ਤੋਂ ਨੌਕਰੀ ਵੀ ਕਰਕੇ ਆਇਆ ਸੀ ਵਿਪਾਲਾ ਚੁੱਟਿਆਂ ਨੂੰ ਰੱਥ ਪਾਉਣ ਰੋ ਇਹ ਹੋ ਚੁੱਟਿਆਂ ਨੂੰ ਫੜ ਲਿਆ ਕਰੂਗਾ ਝੂਠੇ ਪਰਚੇ ਪਾ ਕੇ ਜੇਲਾ ਸਿੱਟੇ ਜਾ ਕਰਨਗੇ ਰੋਜ਼ ਵੀ ਪਹਿਲਾਂ ਸਾਰਿਆਂ ਤੇ ਕਿਟੇ ਵਾਲਿਆਂ ਨੂੰ ਜਿਹੜੇ ਵੇਚਦੇ ਨੇ ਉਹਨਾਂ ਨੂੰ ਹੱਥ ਪਾਉਣ ਫੇਰ ਹੀ ਅਸੀਂ ਤੁਹਾਡੇ ਇਹ ਹੀ ਮੰਗਾਗੇ ਵਿਸ਼ੂ ਤੇ ਪਾਰਸ ਜਿਹੜੇ ਸਾਰੇ ਦੇ ਦੋਸਤਾਂ ਤੇ ਪਾਇਓ ਰੱਦ ਕਰਨ ਕੋਈ ਪਰਵਾਹ ਨਹੀਂ ਜੇਲ ਦੀ ਲੋਕਾਂ ਦੀ ਜਵਾਨੀਆਂ ਬਚ ਜਾਣ ਲੋਕਾਂ ਦੀਆਂ ਮਾਂਵਾਂ ਤਾਂ ਹਾਂ ਮਾਰਦੀਆਂ ਨੇ ਰੋਜ਼ ਪੁੱਤਾਂ ਨੇ ਆਪਦੇ ਨੇ ਸੀੜੀਆਂ ਜਿੰਨਾਂ ਨੇ ਚੱਕਣੀਆਂ ਪੈਂਦੀਆਂ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਕੀ ਪਤਾ ਹੈ ਤਾਂ ਮੌਜਾ ਹੀ ਨਾ ਸੁੱਤੇ ਰਹਿੰਦੇ ਨੇ ਪੈਸੇ ਲੈਣ ਵਾਲੇ ਪੈਸੇ ਲੈ ਰਹੇ ਨੇ ਚਿੱਟਾ ਵੇਚ ਕੇ ਚਿੱਟਾ ਤੋ ਰਹਿ ਜਾਂਦਾ ਕੁਗਮਨ ਤਮਾਨੇ ਤਾਂ ਮੁੜ ਕੇ ਆਖੀਂ ਦੇਖਿਆ ਸੀ ਕਹਿੰਦਾ ਸੀ ਮੈਂ 10 ਦਿਨਾਂ ਦੇ ਅੰਦਰਾਂ ਦੇ ਚਿੱਟਾ ਬੰਦ ਕਰ ਦੂੰਗਾ ਮਹੀਨੇ ਤਾਂ ਕਿੰਨੇ ਹੋ ਗਏ ਤੁਸੀਂ ਸਾਡੇ ਸਾਹਮਣੇ ਦੇਖ ਲਓ ਵੋਟਾਂ ਪਾ ਕੇ ਜਿਤਾਇਆ ਸੀ ਵੀ ਕੁਝ ਕਰੂਗਾ ਕਰੂਗਾ ਉਲਟਾ ਸਾਡਾ ਦੁਸ਼ਮਣ ਬਣ ਗਿਆ ਪਰਵਿੰਦਰ ਸਿੰਘ ਝੋਟਾ ਦੇ ਵਕੀਲ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਟਾ ਅੱਜ ਤੋਂ ਕੁਝ ਸਮਾਂ ਪਹਿਲਾਂ ਨਸ਼ੇ ਦਾ ਆਦੀ ਸੀ ਫਿਰ ਉਹਦੇ ਅੰਦਰ ਕੁਝ ਚੰਗਾ ਕਰਨ ਦੀ ਉਮੀਦ ਜਾਗੀ ਅਪ੍ਰੈਲ ਦੇ ਵਿੱਚ ਕਹਿੰਦੇ ਮੇਰੇ ਕੋਲ ਆਇ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾਉਣਾ ਹੈ ਵਕੀਲ ਨੇ ਵੱਡਾ ਦਾਵਾ ਕਰਦਿਆਂ ਕਿਹਾ ਕਿ ਅਸੀਂ ਜ਼ਮਾਨਤ ਲੈ ਸਕਦੇ ਹਾਂ ਅਦਾਲਤ ਤੋਂ ਪਰ ਝੋਟਾ ਨੇ ਸਾਨੂੰ ਮਨਾ ਕੀਤਾ ਕਿ ਜ਼ਮਾਨਤ ਨਹੀਂ ਕਰਵਾਉਣੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਝੋਟਾ ਝੂਠੇ ਪਰਚੇ ਭੁਗਤ ਰਿਹਾ ਹੈ ਝੋਟਾ ਖਿਲਾਫ ਬਠਿੰਡਾ ਦੀ ਮੌੜ ਮੰਡੀ ਵਿੱਚ ਦਰਜ ਹੋਏ ਪਰਚੇ ਬਾਰੇ ਜਾਣਕਾਰੀ ਦਿੰਦੇ ਵਕੀਲ ਨੇ ਦੱਸਿਆ ਕਿ 16 ਜੁਲਾਈ ਲੰਗੀ 16 ਜੁਲਾਈ ਨੂੰ ਝੋਟਾ ਖਿਲਾਫ ਐਫ ਆਈ ਆਰ ਨੰਬਰ 70 ਦਰਜ ਕੀਤੀ ਗਈ ਸੀ ਸ਼ਿਕਾਇਤਕਰਤਾ ਬਿਆਨਤ ਘੋਨੇ ਇਲਜ਼ਾਮ ਲਾਇਆ ਸੀ ਕਿ ਝੋਟਾ ਉਹਦੇ ਘਰ ਧੱਕੇ ਨਾਲ ਵੜ ਗਿਆ ਉਹਦੇ ਨਾਲ ਛੇੜਖਾਨੀ ਕੀਤੀ ਪਰ ਵੱਡੀ ਖਬਰ ਇਹ ਹੈ ਕਿ ਕੁੜੀ ਹੁਣ ਮੁੱਕਰ ਗਈ ਹੈ ਇਸ ਲਈ ਕਹਿੰਦੇ ਇਸ ਐਫ ਆਈ ਆਰ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ ਵਕੀਲ ਨੇ ਦੱਸਿਆ ਕਿ ਕੱਲ ਸਾਨੂੰ ਫੋਨ ਆਇਆ ਸੀ ਕਿ ਇਹ ਕੁੜੀ ਬਿਆੰਤ ਕੌਰ ਸਾਨੂੰ ਮਿਲਣਾ ਚਾਹੁੰਦੀ ਹੈ ਜਦੋਂ ਕਹਿੰਦੇ ਅਸੀਂ ਉਹਨੂੰ ਮਿਲੇ ਤਾਂ ਉਹਨੇ ਖੁਲਾਸਾ ਕੀਤਾ ਕਿ ਜੋ ਐਫ ਆਈ ਆਰ ਨੰਬਰ 70 ਉਹਨੇ ਦਰਜ ਕਰਵਾਈ ਹੈ ਉਸ ਨਾਲ ਉਸਦਾ ਕੋਈ ਤਾਲੁਕ ਨਹੀਂ ਹੈ ੱੱਕੇ ਨਾਲ ਬਿਆਨ ਦਵਾਇਆ ਗਿਆ ਸੀ ਝੋਟਾ ਦੇ ਡੋਪ ਟੈਸਟ ਬਾਰੇ ਬੋਲਦੇ ਆ ਵਕੀਲ ਨੇ ਦੱਸਿਆ ਕਿ ਉਹਦੇ ਡੋਪ ਟੈਸਟ ਨੂੰ ਜਨਤਕ ਕਿਉਂ ਕੀਤਾ ਗਿਆ ਝੋਟਾ ਦੇ ਕਿਰਦਾਰ ਨੂੰ ਖਰਾਬ ਕਰਨ ਦੇ ਲਈ ਉਸ ਦਾ ਡੋਪ ਟੈਸਟ ਕੀਤਾ ਗਿਆ ਤੇ ਬਾਅਦ ਵਿੱਚ ਉਸ ਨੂੰ ਜਨਤਕ ਵੀ ਕਰ ਦਿੱਤਾ ਗਿਆ ਉਹ ਕਿਹੜਾ ਕੋਈ ਬਦਮਾਸ਼ ਸੀ ਉਹ ਤਾਂ ਸਿਰਫ ਇੱਕ ਕੁਰੀਤੀ ਦੇ ਖਿਲਾਫ ਲੜ ਰਿਹਾ ਸੀ ਛੋਟੇ ਨੂੰ ਜਦੋਂ ਚਾਰ ਗੱਡੀਆਂ ਭਰ ਕੇ ਫੇਰ ਲੈ ਕੇ ਕੋਰਟ 'ਚ ਚਾਉਂਦੀਆਂ ਨੇ ਤਾਂ ਕੋਰਟ ਦੇ ਵਿੱਚ ਜਦੋਂ ਮੈਂ ਆਰਗੂਮੈਂਟਸ ਕਰਦਾ ਤਾਂ ਛੋਟੇ ਦੀ ਬੇਲ ਨਾਲ ਦੀ ਨਾਲ ਹੋ ਜਾਂਦੀ ਹੈ ਜਿਹੜੇ ਕੇਸ ਦੇ ਵਿੱਚ ਹਾਂਜੀ 142 ਨੰਬਰ ਦੇ ਵਿੱਚ ਜਿਹੜੇ ਕੇਸ 'ਚ ਪੁਲਿਸ ਉਸ ਨੂੰ ਦ ਤਿੰਨ ਗੱਡੀਆਂ ਭਰ ਕੇ 50 60 ਬੰਦੇ ਗਏ ਨੇ ਉਹਦੀ ਤਾਂ ਉਹਦੀ ਕੋਰਟ 'ਚ ਅਨੁਸਾਰ ਬੇਲ ਹੋ ਜਾਂਦੀ ਹੈ ਫਿਰ ਪੁਲਿਸ ਨੇ ਜਿਹੜੀ ਉਹ ਹਥਕੰਡਾ ਪਣਾਉਣਾ ਸੀਗਾ ਫਿਰ ਉਹਨੂੰ ਛੱਡ ਵੀ ਨਹੀਂ ਸਕਦੇ ਸੀ ਫਿਰ ਉਹਦੀ 93 ਨੰਬਰ ਐਫ ਆਈ ਆਰ 274 2023 ਅੰਡਰ ਸੈਕਸ਼ਨ 384 ਆਈ ਪੀ ਸੀ ਥਾਣਾ ਸਿਟੀ 2 ਜੋ ਦਰਜ ਕੀਤੀ ਗਈ ਸੀ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਪਾਉਂਦੇ ਆ ਤੇ ਉਹ ਕੋਰਟ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ ਹੁਣ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ 384 ਨੂੰ ਉਹ ਕਰਕੇ ਡੀਡੀਆਰ ਪਾ ਕੇ ਅਸੀਂ 382 ਦੇ ਵਿੱਚ ਕਨਵਰਟ ਕਰਤਾ 82 ਹੈ ਜਾਂ 84 ਹੈ ਜੀ ਉਹ ਬਿਲਕੁਲ ਠੁੱਠਾ ਪਰਚਾ ਸੀ ਇਹ ਹੁੰਦਾ ਕੀ ਹੈ ਮਤਲਬ ਇਹਨਾਂ ਦਾ ਪ੍ਰਾਵਧਾਨ ਕੀ ਹੈ 10384 ਜਿਹੜੀ ਹੁੰਦੀ ਹੈ ਐਕਸਟਰਸ਼ਨ ਮੰਨੀ ਹੁੰਦੀ ਹੈ ਕਿਸੇ ਨੂੰ ਡਰਾ ਧਮਕਾ ਕੇ ਪੈਸੇ ਲੈਣੇ ਹੁੰਦੇ ਨੇ ਕਿਉਂਕਿ ਜਰੋੜ ਛੋਟਾ ਕਿਸੇ ਬੰਦੇ ਨੂੰ ਦੁਕਾਨ ਤੇ ਭੇਜਦਾ 400 ਰੁਪਏ ਦੇ ਕੇ ਉਹਨੂੰ ਨਸ਼ੀਲੇ ਚੀਜ਼ਾਂ ਦਿੰਦਾ ਹੈਗਾ ਤਾਂ ਛੋਟਾ ਉਹਨੂੰ ਕਹਿੰਦਾ ਵੀ ਤੂੰ ਹੁਣ ਬਹੁਤ ਕੰਮ ਕਰ ਲਿਆ ਸਾਡੇ 450 ਰੁਪਏ ਵੀ ਮੋੜਾ ਤੱਕ ਸਮਾਣਾ ਆਉਂਦਾ ਤਾਂ ਉਹ ਦਿਖਾਇਆ ਗਿਆ ਹੈਗਾ ਵੀ ਮੇਰੀ ਦੁਕਾਨ ਤੇ ਆਇਆ ਧੱਕੇ ਨਾਲ ਮੇ ਤੋਂ 400 ਰੁਪਏ ਲਿਆ 400 ਰੁਪਏ ਦੀ ਮੰਗ ਕੀਤੀ ਨਹੀਂ ਤੇਨੂੰ ਮਾਰਕੁੱਟ ਕਰਾਂਗੇ ਇਸ ਕਰਕੇ ਤੁਸੀਂ ਆਪ ਦੇਖੋ ਵੀ ਜਿਹੜਾ ਬੰਦਾ ਜਿਹੜੇ ਬੰਦੇ ਦੇ ਮੰਗਰ ਅੱਜ ਬਪੰਦਨਾ 20000 ਬੰਦਾ ਆਇਆਗਾ ਉਹ 400 ਰੁਪਏ ਦੀ ਫਰਕਤੀ ਮੰਗੂਗਾ ਸਿਰਫ ਉਹਦਾ ਕੈਰੈਕਟਰ ਅਸੈਸੀਨੇਸ਼ਨ ਕਰਨ ਵਾਸਤੇ ਹੈਗੀ ਇਹ ਬੜੀ ਗਲਤ ਗੱਲ 382 ਚ ਕਰਤੀ ਕਨਵਰਟ ਉਹਨਾਂ ਨੇ 83 ਹਾਂ ਉਹ 382 ਦਾ ਕੀ ਪ੍ਰਾਵਧਨ 382 ਵੀ ਨਾਲ ਮਿਲਦੇ ਜੁਂਦੇ ਹੁੰਦੇ ਹੁੰਦੇ ਵੀ ਕਿਸੇ ਨੂੰ ਥ੍ਰੈਟ ਕਰਕੇ ਪੈਸੇ ਲੈਣੇ ਸੇ ਲਗਭਗ ਨੀਅਰ ਅਬਾਊਟ ਸੇਵ ਨੇ ਥੋੜੀ ਡੈਫੀਨੇਸ਼ਨਸ ਦੇ ਫਰਕ ਨੇ ਪਰ ਸਾਡੇ ਕਹਿੰਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਕਪਤਾਨ ਇਹਦੇ ਵਿੱਚ ਸਜ਼ਾ ਦਾ ਕੀ ਪ੍ਰਾਵਧਨ ਹੈਗਾ ਹੈ ਪ੍ਰਾਵਧਾਨ ਜਿਹੜੀ 382 ਉਹਦੇ ਵਿੱਚ ਸੈਵਨੀਅਰ ਪਲਸ ਹੈਗੀ ਜਿਹੜੀ 384 ਉਹਦੇ ਸਜ਼ਾ ਥ ਇਸ ਕਰਕੇ ਇਹਨੂੰ ਵੱਡੀ ਸਜ਼ਾ ਦੇ ਵਿੱਚ ਕਨਵਰਟ ਕਰਤਾ ਪਰਵਿੰਦਰ ਸਿੰਘ ਝੋਟਾ ਨੂੰ ਪਿਛਲੇ ਦਿਨੀ ਮਾਨਸਾ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਇਲਜ਼ਾਮ ਲੱਗਿਆ ਸੀ ਕਿ ਮਾਨਸਾ ਦੇ ਇੱਕ ਦਵਾਈ ਵਿਕਰੇਤਾ ਨੂੰ ਮੈਡੀਕਲ ਸਟੋਰ ਦੇ ਮਾਲਕ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਦੇ ਵਿੱਚ ਝੋਟਾ ਨੇ ਪੂਰੇ ਸ਼ਹਿਰ ਦੇ ਵਿੱਚ ਜ਼ਲੀਲ ਕੀਤਾ ਸੀ ਤੇ ਉਸ ਨੇ ਫਿਰ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਪੁਲਿਸ ਨੇ ਝੋਟਾ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਮੋੜ ਦੇ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਸੀ ਤੇ ਜਿਸ ਦਿਨ ਤੋਂ ਗ੍ਰਿਫਤਾਰੀ ਹੋਈ ਹੈ ਉਸੇ ਦਿਨ ਤੋਂ ਲੋਕ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਕੇ ਬੈਠੇ ਸਨ ਹੁਣ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਤਾਂ ਮੋਰਚਾ ਚੁੱਕਿਆ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰਦੀਆਂ ਤਾਂ ਅਸੀਂ ਸੁਣਦੇ ਹੀ ਰਹਨੇ ਹਾਂ ਜੋ ਕਿ ਬਹੁਤ ਦੁੱਖਦਾਈ ਹੈ ਪਰ ਹੁਣ ਵਿਦੇਸ਼ਾਂ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਨੇ ਇੰਗਲੈਂਡ ਤੋਂ ਵੱਡੀ ਖਬਰ ਆਈ ਹੈ ਜਿੱਥੇ ਉੱਤਰੀ ਇੰਗਲੈਂਡ ਦੇ ਲੀਡਸ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਗੁਟਕਾ ਸਾਹਿਬ ਨੂੰ ਦੋਸ਼ੀ ਦੇ ਵੱਲੋਂ ਅੱਗ ਲਾਈ ਗਈ ਬਾਅਦ ਵਿੱਚ ਅੰਗਾਂ ਨੂੰ ਕਿਸੇ ਸਿੱਖ ਵਿਅਕਤੀ ਦੇ ਘਰ ਦੇ ਬਾਹਰ ਪਏ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ ਗਿਆ ਇੰਗਲੈਂਡ ਦੀ ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ 12 ਜੁਲਾਈ ਨੂੰ ਸ਼ਹਿਰ ਦੇ ਹੈਡਿੰਗਲੇ ਇਲਾਕੇ ਵਿੱਚ ਇਹ ਘਟਨਾ ਵਾਪਰੀ ਇੱਕ ਬਜ਼ੁਰਗ ਸਿੱਖ ਵਿਅਕਤੀ ਤੇ ਉਸ ਦੀ ਧੀ ਨੇ 12 ਜੁਲਾਈ ਨੂੰ ਆਪਣੇ ਘਰ ਦੇ ਬਾਹਰ ਡਸਟਬਨ ਦੇ ਵਿੱਚੋਂ ਇਸ ਗੁਟਕਾ ਸਾਹਿਬ ਨੂੰ ਬਰਾਮਦ ਕੀਤਾ ਜੋ ਕਿ ਸੜੀ ਹੋਈ ਹਾਲਤ ਵਿੱਚ ਸੀ ਤੇ ਉਹ ਪੋਥੀ ਨੂੰ ਲੈ ਕੇ ਗੁਟਕਾ ਸਾਹਿਬ ਨੂੰ ਲੈ ਕੇ ਸਥਾਨਕ ਗੁਰੂ ਘਰ ਵਿਖੇ ਪਹੁੰਚੇ ਜਿੱਥੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਘਟਨਾ ਦੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਨੇ ਅਪੀਲ ਕੀਤੀ ਹੈ ਹਰੀਕੇ ਹੈੱਡ ਤੇ ਕਾਂਗਰਸ ਨੇ ਜਿਹੜਾ ਧਰਨਾ ਲਾਇਆ ਸੀ ਉਸ ਨੂੰ ਹੁਣ ਚੁੱਕ ਦਿੱਤਾ ਗਿਆ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਨੇ ਧਰਨਾ ਖਤਮ ਕੀਤਾ ਹੈ ਕਾਂਗਰਸ ਵਿਧਾਇਕਾਂ ਨਾਲ ਪ੍ਰਸ਼ਾਸਨ ਦੀ ਹੋਈ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨੇ ਪਾਣੀ ਰਾਜਸਥਾਨ ਫੀਡਰ ਵਿੱਚ ਛੱਡਣ ਦਾ ਹੁਣ ਭਰੋਸਾ ਦੇ ਦਿੱਤਾ ਹੈ ਦਰਅਸਲ ਇੱਕ ਦਿਨ ਪਹਿਲਾਂ ਵਿਧਾਇਕ ਹਰਦੀਪ ਸਿੰਘ ਲਾੜੀ ਰਾਣਾ ਇੰਦਰਪ੍ਰਤਾਪ ਸਿੰਘ ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਦੀ ਅਗਵਾਈ ਵਿੱਚ ਹਰੀਕੇ ਹੈੱਡ ਤੋਂ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਇਹਨਾਂ ਨੇ ਧਰਨਾ ਲਾਇਆ ਸੀ ਲੀਡਰਾਂ ਦਾ ਕਹਿਣਾ ਹੈ ਕਿ ਹਰੀਕੇ ਹੈੱਡ ਤੋਂ ਪਾਣੀ ਨਾ ਛੱਡੇ ਜਾਣ ਕਰਕੇ ਦੁਆਬੇ ਤੇ ਰਹੀ ਹੈ ਇਸ ਕਰਕੇ ਹਰੀਕੇ ਹੈਂਡ ਦੇ ਗੇਟ ਖੋਲ ਦਿੱਤੇ ਜਾਂਦੀ ਇਹਨਾਂ ਨੇ ਮੰਗ ਕੀਤੀ ਸੀ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਮਾਛੀਵਾੜਾ ਸਾਹਿਬ ਤੋਂ ਵੱਡੀ ਖਬਰ ਹੈ ਜਿੱਥੇ ਹਮਲਾਵਰਾਂ ਨੇ ਲੰਗੀ ਰਾਤ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਿਸ ਦੇ ਸਹਾਇਕ ਥਾਣੇਦਾਰ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਪੁਲਿਸ ਦੇ ਕਬਜ਼ੇ 'ਚੋਂ ਰੇਤੇ ਦੀ ਭਰੀ ਟਰਾਲੀ ਤੇ ਗ੍ਰਿਫਤਾਰ ਕੀਤਾ ਮੁਲਜ਼ਮ ਵੀ ਛੁਡਵਾ ਕੇ ਲੈ ਗਏ ਇਹਨਾਂ ਵਿੱਚੋਂ ਇੱਕ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ 5000 ਰੁਪਏ ਵੀ ਖੋ ਕੇ ਲੈ ਗਏ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਲੁੱਟਿਆ ਵੀ ਗਿਆ ਮਾਛੀਵਾੜਾ ਪੁਲਿਸ ਨੇ ਇਸ ਮਾਮਲੇ ਚ 7 ਜਾਣਿਆਂ ਦੀ ਪਛਾਣ ਕੀਤੀ ਹੈ ਜ਼ਖਮੀ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਤੇ ਕਰਮਚਾਰੀ ਪਰਮਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਵਿੱਚੋਂ ਦੋ ਦੀ ਪਛਾਣ ਸਸ਼ੀਪਾਲ ਤੇ ਵੈਦਪਾਲ ਦੋਵੇਂ ਪਿਓ-ਪੁੱਤ ਵਾਸੀ ਟੰਡੀਮੰਡ ਵਜੋਂ ਹੋਈ ਹੈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਿੰਡ ਟੰਡੀਮੰਡ ਨੂੰ ਘੇਰ ਲਿਆ ਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਤਲਾਸ਼ੀ ਹੈ ਜਿਹੜੀ ਉਹ ਵੇੜ tick the... ਇਸੀ ਤਰ੍ਹਾਂ ਦੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਮੰਡੌਰ ਦੇ ਵਿੱਚ ਜ਼ਮੀਨੀ ਵਿਵਾਦ ਕਾਰਨ ਐਸਐਚਓ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਪੂਰਾ ਵਿਵਾਦ 88 ਵਿਗੇ ਜ਼ਮੀਨ ਨੂੰ ਲੈ ਕੇ ਹੋਇਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਵੀ ਪ੍ਰਦਰਸ਼ਨਕਾਰੀਆਂ ਤੇ लाठीचार्ज ਕੀਤਾ ਦਰਅਸਲ ਜ਼ਮੀਨ ਦੀ ਬੋਲੀ ਕਰਾਉਣ ਦਾ ਠੇਕਾ ਉਜਾਗਰ ਸਿੰਘ ਨੇ ਲਿਆ ਸੀ ਜ਼ਮੀਨ ਤੇ ਸੰਘਰਸ਼ ਕਮੇਟੀ ਦੇ ਵਰਕਰਾਂ ਦੇ ਵੱਲੋਂ ਉਜਾਗਰ ਸਿੰਘ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਸੀ ਤੜਕੇ ਵਿਵਾਦ ਉਸ ਵੇਲੇ ਵਧ ਗਿਆ ਜਦੋਂ ਉਜਾਗਰ ਸਿੰਘ ਦੀ ਜ਼ਮੀਨ ਦਾ ਕਬਜ਼ਾ ਦਬਾਉਣ ਲਈ ਪੁਲਿਸ ਤੇ ਪ੍ਰਸ਼ਾ ਨਿਕ ਅਧਿਕਾਰੀ ਪਹੁੰਚ ਗਏ ਪੁਲਿਸ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਭੜਕ ਗਏ ਤੇ ਉਹਨਾਂ ਨੇ ਮੁਲਾਜ਼ਮਾਂ ਦੇ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨ ਦੇ ਵਿਰੋਧ 'ਚ ਇਹਨਾਂ ਤੇ ਲਾਠੀ ਚਾਰਜ ਵੀ ਕੀਤਾ ਅਤੇ ਕਾਰਵਾਈ ਵੀ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਦੀ ਪ੍ਰਮੁਖ ਸਕੱਤਰ ਸੀਮਾ ਜੈਨ ਤੇ ਵਿਧਿਕ ਡਾਇਰੈਕਟਰ ਦਰਸ਼ਨ ਸਿੰਘ ਸਿੱਧੂ ਨੂੰ ਨੋਟਿਸ ਭੇਜੇ ਨੇ 28 ਸਤੰਬਰ ਦੇ ਲਈ ਦਰਅਸਲ ਸੰਗਰੂਰ ਦੇ ਲਹਿਰਾਗਾਗਾ ਸਥਿਤ ਬਾਬਾ ਹੀਰਾ ਸਿੰਘ ਪਠੱਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਮੁਲਾਜ਼ਮ ਸੁਨਤਿਆ ਕੁਮਾਰ ਨੇ ਹਾਈ ਕੋਰਟ ਦੇ ਵਿੱਚ ਮਾਨ ਹਾਨੀ ਪਟੀਸ਼ਨ ਦਾਇਰ ਕੀਤੀ ਹੈ ਜਿਦੇ ਵਿੱਚ ਕਿਹਾ ਹੈ ਕਿ ਉਸ ਨੂੰ ਤੇ ਹੋਰ ਸਟਾਫ ਨੂੰ 16 ਦਸੰਬਰ 2019 ਤੋਂ ਤਨਖਾਹਾਂ ਹੀ ਨਹੀਂ ਦਿੱਤੀਆਂ ਗਈਆਂ ਇਸ ਮਾਮਲੇ 'ਚ ਹਾਈ ਕੋਰਟ ਨੇ 16 ਮਈ ਨੂੰ ਇਸੇ ਸ ਜਾਇਦਾਦ ਵੇਚਣ ਤੇ ਪਟੀਸ਼ਨਰ ਤੇ ਹੋਰ ਸਟਾਫ ਨੂੰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਸਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਤਨਖਾਹਾਂ ਦੇਣ ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਸੂਬਾ ਸਰਕਾਰ ਨੇ ਸਮੇਂ ਦੀ ਮਿਆਦ ਪੂਰੀ ਹੋਣ ਤੱਕ ਵੀ ਮੁਲਾਜ਼ਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਤਨਖਾਹ ਨਹੀਂ ਦਿੱਤੀ 2 ਮਹੀਨਿਆਂ ਤੋਂ ਰਿਮਾਈਂਡਰ ਦਿੱਤੇ ਜਾਣ ਦੇ ਬਾਵਜੂਦ ਵੀ ਤਨਖਾਹਾਂ ਨਹੀਂ ਦਿੱਤੀਆਂ ਤਾਂ ਪਟੀਸ਼ਨ ਕਰਤਾ ਨੂੰ ਮੋੜ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਾ ਪਿਆ ਹੈ एसजीपीसी ਦੀ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਸੌਦਾ ਸਾਧ ਰਾਮ ਰਹੀਮ ਨੂੰ ਮਿਲੀ ਪੈਰੋਲ ਤੇ ਕਿਹਾ ਕਿ ਅਮਰਿਤਪਾਲ ਸਿੰਘ ਦੀ ਪਤਨੀ ਨੂੰ ਆਪਣੇ ਪਰਿਵਾਰ ਨਾਲ ਮਿਲਣ ਜਾਣ ਵਾਸਤੇ ਬਾਹਰ ਜਾਣ ਤੋਂ ਤਿੰਨ ਵਾਰੀ ਰੋਕ ਦਿੱਤਾ ਗਿਆ ਜਿਹਦਾ ਕੋਈ ਕਸੂਰ ਵੀ ਨਹੀਂ ਹੈ ਉਹਦੇ ਖਿਲਾਫ ਕੋਈ ਪਰਚਾ ਵੀ ਦਰਜ ਨਹੀਂ ਹੈ ਪਰ ਬਲਾਤਕਾਰੀਆਂ ਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ ਕਹਿੰਦੇ ਜੇ ਸਰਕਾਰ ਵਾਰੀ-ਵਾਰੀ ਕਿਰਨਦੀਪ ਕੌਰ ਨੂੰ ਰੋਕਦੀ ਰਹੀ ਤਾਂ ਇਸ ਦਾ ਕਾਨੂੰਨੀ ਹੱਲ ਲੱਭਿਆ ਜਾਵੇਗਾ ਉਹਨਾਂ ਕਿਹਾ ਕਿ ਰਾਮ ਰਹੀਮ ਨੂੰ ਦੁਬਾਰਾ ਫੇਰ ਪੈਰੋਲ ਦੇਣਾ ਸਿੱਖਾਂ ਤੇ ਜ਼ਖਮ ਸਿੱਖਾਂ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਬੜੀ ਅਜੀਬ ਜਿਹੜੀ ਆ ਖਟਿਆ ਗੱਲ ਕੀਤੀ ਜਾ ਰਹੀ ਆ ਵੀ ਇੱਕ ਪਰਿਵਾਰ ਦੇ ਜੀ ਨੂੰ ਉਹ ਆਪਣੀ ਮਾਤਾ ਜੀ ਨੂੰ ਜੋ ਢਿੱਲੇ ਮੱਠੇ ਨੇ ਉਹਨਾਂ ਨੂੰ ਮਿਲਣ ਜਾਣ ਤੋਂ ਰੋਕਿਆ ਜਾ ਰਿਹਾ ਜਿਹੜਾ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ ਪਰ ਇਹਦਾ ਜਿਹੜਾ ਉਹਨਾਂ ਨਾਲ ਗੁਰਮਤਾ ਕਰਕੇ ਇਹਦਾ ਜੇ ਨਾ ਸਰਕਾਰ ਨੇ ਕੋਈ ਇਹਦਾ ਹੱਲ ਕੱਢਿਆ ਤੇ ਇਹਦਾ ਕਾਨੂੰਨੀ ਹੱਲ ਲਵਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਡੇਢ ਸਾਲ ਤੋਂ ਵੀ ਵੱਧ ਸਮੇਂ ਤੋਂ ਧਰਨੇ ਦੇ ਉੱਤੇ ਬਾਈਬਲ ਕਲਾ ਪਿੰਡ ਦੇ ਵਿੱਚ ਬੈਠੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਆਪਣੇ ਫੇਸਬੁੱਕ ਪੇਜ ਤੇ ਜਾਣਕਾਰੀ ਦਿੱਤੀ ਹੈ ਕਿ ਬਾਈਬਲ ਕਲਾ ਮਾਮਲੇ ਦੇ ਵਿੱਚ ਫੇਰ ਨਿਰਾਸ਼ਾ ਹੀ ਪੱਲੇ ਪਈ ਹੈ। ਕਹਿੰਦੇ ਇਸ ਕੇਸ ਦੇ ਵਿੱਚ ਇੱਕ ਨਿੱਕੇ ਜਿਹੇ ਸਵਾਲ ਨੂੰ ਲੰਬਾਈ ਖਿੱਚਿਆ ਜਾ ਰਿਹਾ ਹੈ। ਸ਼ਰਿਆਮ ਬੰਦੇ ਮਾਰ ਕੇ ਵੀ 9 ਸਾਲ ਤੋਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਟਾਲਮਟੋਲ ਕੀਤੀ ਜਾ ਰਹੀ ਹੈ ਨੈਮੀ ਵਾਲਾ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਤਰੀਕ 3 ਅਗਸਤ ਪਾ ਦਿੱਤੀ ਗਈ ਹੈ ਜਲੰਧਰ ਦੇ ਭੋਗਪੁਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਸੜਕ ਤੇ ਲੇਟਿਆ ਰਿਹਾ ਆਪਣੇ ਹੀ ਵਿਭਾਗ ਦੇ ਇੱਕ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗਿਆ ਵਰਦੀ ਵਿੱਚ ਪ੍ਰਦਰਸ਼ਨ ਕਰ ਰਹੇ ਪੁਲਿਸ ਮੁਲਾਜ਼ਮ ਨੂੰ ਸਾਥੀ ਮੁਲਾਜ਼ਮਾਂ ਨੇ ਚੁੱਕਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਹੀਂ ਹੋਇਆ ਆਲੇ-ਦੁਆਲੇ ਟ੍ਰੈਫਿਕ ਤੱਕ ਜਾਮ ਹੋ ਗਿਆ ਸੜਕ ਤੇ ਪ੍ਰਦਰਸ਼ਨ ਕਰ ਰਹੇ ਹੋਮਗਾਰਡ ਦੇ ਮੁਲਾਜ਼ਮ ਨੇ ਕੁਝ ਦਿਨ ਪਹਿਲਾਂ ਇੱਕ ਚੋਰ ਨੂੰ ਫੜਿਆ ਸੀ ਸਥਾਨਕ ਪੁਲਿਸ ਸਟੇਸ਼ਨ ਲਿਜਾ ਕੇ ਉੱਥੇ ਸਪੁਰਦ ਕਰ ਦਿੱਤਾ ਜਦੋਂ ਕੁਝ ਦਿਨ ਬਾਅਦ ਇਹਨੂੰ ਪਤਾ ਲੱਗਿਆ ਕਿ ਉਸਦੇ ਮੈਕਮੇ ਨੇ ਚੋਰ ਛੱਡ ਦਿੱਤਾ ਤਾਉ ਆਪਣੇ ਹੀ ਮੈਕਮੇ ਦੇ ਖਿਲਾਫ ਪ੍ਰਦਰਸ਼ਨ ਕਰਨ ਤੇ ਉੱਤਰ ਆਇਆ ਪ੍ਰਦਰਸ਼ਨ ਕਰ ਰਹੇ ਪੁਲਿਸ ਮੁਲਾਜ਼ਮ ਦਾ ਵੀਡੀਓ ਇੱਕ ਰਾਗੀਰ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਿਸ ਵਿੱਚ ਉਹ ਮੁਲਾਜ਼ਮ ਵਾਰੀ-ਵਾਰੀ ਆਪਣੇ ਮੈਕਮੇ ਤੋਂ ਸਵਾਲ ਪੁੱਛ ਰਿਹਾ ਹੈ ਕਿ ਆਖਿਰ ਚੋਰ ਕਿੱਥੇ ਆ ਉਹਨੂੰ ਕਿਉਂ ਛੱਡਿਆ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਦੇ ਅਧਿਕਾਰੀ ਕੁਝ ਵੀ ਬੋਲਣ ਤਿਆਰ ਨਹੀਂ ਹੋਏ ਸਾਰੀ ਰਿਪੋਰਟ ਕਹਿੰਦੇ ਅਸੀਂ ਲੈ ਰਹੇ ਹਾਂ ਪਰ ਇਹ ਇਸ ਮਾਮਲੇ ਦੇ ਵਿੱਚ ਪੁਲਿਸ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਪੁਲਿਸ ਤੇ ਸਵਾਲ ਆਪਣੇ ਹੀ ਮੈਕਮੇ ਦੇ ਮੁਲਾਜ਼ਮ ਨੇ ਚੁੱਕੇ ਨੇ ਪੰਜਾਬ ਦੀਆਂ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ